ਗੁਰੂ ਦੇ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ 'ਚ ਨਮਸਕਾਰ ਹੈ। ਇੱਕ ਵਾਰੀ ਨਹੀਂ ਕਰੋੜਾਂ ਦਫ਼ਾ ਹੈ ਸਹਿਜੋ ਬਾਈ ਨੇ ਕਿਹਾ, ਗੁਰ ਕਾ ਬਦਲਾ ਦੀਆ ਨਾ ਜਾਈ, ਸਰਵਸ ਵਾਰੇ ਸਹਿਜੋ ਬਾਈ। ਅਗਰ ਮੈਂ ਆਪਣਾ ਆਪ ਜਾਂ ਸਰਬੰਸ ਸਭ ਕੁਛ ਜੋ ਕੁਛ ਮੇਰੇ ਪਾਸ ਹੈ ਵਾਰ ਦੇਵਾਂ, ਮੈਂ ਗੁਰੂ ਦਾ ਬਦਲਾ ਚੁਕਾ ਨਹੀਂ ਸਕਦੀ, ਕਿਉਂਕਿ ਜਿਤਨੇ ਵੀ ਸਾਡੇ ਦੁਨੀਆਂ ਦੇ ਰਿਸ਼ਤੇਦਾਰ ਹਨ ਇਹਨਾਂ ਦਾ ਸਾਡੇ ਜੀਵਨ ਦੇ ਨਾਲ ਹੀ ਸੰਬੰਧ ਹੈ ਜਾਂ ਗਰਜਾਂ ਦਾ ਹੀ ਪਿਆਰ ਹੈ। ਜਦ ਤੱਕ ਸਾਡਾ ਇੱਕ ਦੂਸਰੇ ਤੋਂ ਮਤਲਬ ਪੂਰਾ ਹੁੰਦਾ ਹੈ, ਉਤਨਾ ਚਿਰ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ, ਆਦਰ ਕਰਦੇ ਹਾਂ। ਜਦ ਇਹ ਦੇਖਦੇ ਹਾਂ ਕਿ ਇਸ ਤੋਂ ਸਾਡਾ ਹੁਣ ਕੋਈ ਮਸਲਾ ਹੱਲ ਨਹੀਂ ਹੋਏਗਾ, ਉਸ ਵਕਤ ਭਾਵੇਂ ਉਹ ਕਿਤਨਾ ਵੀ ਨਜ਼ਦੀਕੀ ਰਿਸ਼ਤੇਦਾਰ ਕਿਉਂ ਨਾ ਹੋਵੇ, ਉਸ ਤੋਂ ਵੀ ਅਸੀਂ ਕਿਨਾਰਾ ਕਰ ਲੈਂਦੇ ਹਾਂ। ਜਦ ਮੌਤ ਆਉਂਦੀ ਹੈ ਉਸ ਵਕਤ ਤਾਂ ਸਾਨੂੰ ਕੋਈ ਇੱਕ ਸਕਿੰਟ ਰੱਖਣ ਵਾਸਤੇ ਵੀ ਤਿਆਰ ਨਹੀਂ। ਕਬੀਰ ਸਾਹਿਬ ਨੇ ਕਿਹਾ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਵੇ ਹੰਸ ਤਜੀ ਇਹ ਕਾਇਆ, ਭੂਤ ਭੂਤ ਕਰ ਭਾਗੀ। ਉਹ ਵੀ ਨਜ਼ਦੀਕ ਨਹੀਂ ਆਉਂਦੀ ਗੀ, ਔਰ ਬਾਲ ਬੱਚੇ ਵੀ ਨਜ਼ਦੀਕ ਨਹੀਂ ਆਉਂਦੇ ਗੇ, ਸਭ ਪੈ ਖਾਣ ਲੱਗ ਜਾਂਦੇ ਹੈ। ਤੋ ਇਸ ਵਾਸਤੇ ਉਸ ਵੇਲੇ ਜੋ ਸਾਡੀ ਮਦਦ ਕਰਦਾ ਹੈ, ਜੋ ਆ ਕੇ ਦਰਸ਼ਨ ਦਿੰਦਾ ਹੈ, ਜੋ ਸਾਡੀ ਆਤਮਾ ਨੂੰ ਉਸ ਵਕਤ ਸੰਭਾਲਦਾ ਹੈ ਕਿ ਜਦੋਂ ਕੋਈ ਵੀ ਸਾਡਾ ਰਾਖਾ ਨਹੀਂ ਹੁੰਦਾ ਗਾ, ਉਹਨੂੰ ਅਸੀਂ ਕੀ ਉਹਦਾ ਬਦਲਾ ਚੁਕਾ ਸਕਦੇ ਹਾਂ। ਕਬੀਰ ਸਾਹਿਬ ਨੇ ਪਿਆਰ ਨਾਲ ਕਿਹਾ ਹੈ ਕਿ ਸੰਤ ਸੇਵਕ ਦੀ ਨਾ ਤਾਂ ਜਾਇਦਾਦ ਹੀ ਲੈਂਦੇ ਹੈ, ਨਾ ਕੋਈ ਧਨ ਦੌਲਤ ਹੀ ਉਸ ਤੋਂ ਲੈਂਦੇ ਹੈ, ਨਾ ਉਹਨਾਂ ਦਾ ਇਹ ਮਿਸ਼ਨ ਹੀ ਹੁੰਦਾ, ਨਾ ਉਹਨਾਂ ਦਾ ਇਹ ਖਿਆਲ ਹੀ ਹੁੰਦਾ ਹੈ। ਅਗਰ ਉਹ ਸੇਵਕ ਤੋਂ ਕੋਈ ਆਸ ਰੱਖਦੇ ਹੈ ਜਾਂ ਉਹਨਾਂ ਦਾ ਖਿਆਲ ਹੁੰਦਾ ਹੈ, ਉਹ ਹੈ ਭਜਨ ਸਿਮਰ। ਲੇਕਿਨ ਫਿਰ ਵੀ ਸੇਵਕ ਦਾ ਮਾਇਆ ਦੇ ਵਿੱਚੋਂ ਮੋਹ ਕੱਢਣ ਵਾਸਤੇ, ਉਹਦੀ ਕਮਾਈ ਨੂੰ ਪਵਿੱਤਰ ਬਣਾਉਣ ਵਾਸਤੇ, ਸਾਡੀ ਕਮਾਈ ਨੂੰ ਉਹ ਸਾਧ ਸੰਗਤ ਦੇ ਅੰਦਰ ਖਰਚ ਕਰਾ ਦਿੰਦੇ ਹੈ। ਗੁਰੂ ਔਰ ਸ਼ਿਸ਼ ਦਾ ਰਿਸ਼ਤਾ ਕਬੀਰ ਸਾਹਿਬ ਨੇ ਬੜੇ ਪਿਆਰ ਨਾਲ ਬਿਆਨ ਕੀਤਾ ਹੈ। ਸ਼ਿਸ਼ ਕੋ ਐਸਾ ਚਾਹੀਏ ਗੁਰ ਕੋ ਸਰਬਤ ਦੇ, ਗੁਰ ਕੋ ਐਸਾ ਚਾਹੀਏ ਸ਼ਿਸ਼ ਦਾ ਕਸੂ ਨਾ ਲੇ। ਸ਼ਿਸ਼ ਦਾ ਕੀ ਧਰਮ ਹੈ ਕਿ ਜੋ ਕੁਛ ਘਰ ਅੰਦਰ ਹੈ ਉਹ ਗੁਰੂ ਦਾ ਸਮਝੇ, ਉਹਦਾ ਸਮਝ ਕੇ ਵਰਤੇ, ਔਰ ਗੁਰੂ ਉਹੀ ਹੈ, ਸੰਤ ਉਹੀ ਹੈ ਜੋ ਸੇਵਕ ਦੀ ਸੂਈ ਤੱਕ ਵੀ ਪ੍ਰਵਾਨ ਆਪਦੇ ਜਾਤੀ ਖਰਚ ਵਾਸਤੇ ਨਹੀਂ ਕਰਦਾ ਗਾ।
ਮਹਾਰਾਜ ਸਾਵਣ ਸਿੰਘ ਬੜੇ ਪਿਆਰ ਨਾਲ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀਗੇ, ਜੋ ਕਈ ਦਫ਼ਾ ਹੀ ਮੈਂ ਸਤਸੰਗ ਸੁਣਾਉਣਾ ਹੈ। ਇੱਕ ਕੋਈ ਮਹਾਤਮਾ ਸੀ, ਉਹਦਾ ਕਾਇਦਾ ਇਹ ਸੀਗਾ ਕਿ ਜਿਹੜਾ ਕੋਈ ਦਸਾਂ ਨਹਾਂ ਦੀ ਕਿਰਤ ਕਰੇ ਉਸਦੇ ਘਰੋਂ ਜਾ ਕੇ ਖਾਣਾ ਖਾਣਾ। ਇੱਕ ਦਿਨ ਉਹ ਕਿਸੇ ਗਾਮ ਦੇ ਅੰਦਰ ਗਿਆ, ਉੱਥੇ ਪੁੱਛਿਆ ਸਭ ਨੇ ਸਭ ਤੋਂ ਜਾ ਕੇ ਵੀ ਕੌਣ ਐਸਾ ਹੈ ਇਸ ਗਾਮ ਦੇ ਅੰਦਰ ਜਿਹੜਾ ਆਪਣੀ ਦਸਾਂ ਨਹਾਂ ਦੀ ਕਿਰਤ ਕਰਦਾ ਹੈ। ਲੋਕਾਂ ਨੇ ਦੱਸਿਆ ਕਿ ਜੀ ਇੱਥੇ ਇੱਕ ਸ਼ਾਹੂਕਾਰ ਹੈ, ਉਹਦੀ ਇਸ ਤਰ੍ਹਾਂ ਦੀ ਕਮਾਈ ਹੈ, ਇਹ ਜੀ ਉਹਦੀ ਧਾਰਨਾ ਹੈ। ਉਹ ਕਹਿਣ ਲੱਗਿਆ ਉਹਦੇ ਕਿੰਨੇ ਲੜਕੇ ਹੈ? ਕਿ ਚਾਰ। ਉਹਦੇ ਕੋਲ ਕਿਤਨਾ ਧਨ ਹੈ? ਉਹ ਕਹਿੰਦੇ ਕਿ ਪੱਕਾ ਤਾਂ ਸਾਨੂੰ ਨਹੀਂ ਪਤਾ, ਪਰ ਹੋ ਸਕਦਾ ਹੈ ਕਿ 4 ਕੁ ਲੱਖ ਰੁਪਏ ਦੀ ਅਸਾਮੀ ਹੋਵੇ। ਜਦੋਂ ਕਰੰਸੀ ਦੀ ਬੜੀ ਕਦਰ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ 4 ਲੱਖ, ਅੱਜ ਦੇ 4 ਕਰੋੜ ਤੋਂ ਵੀ ਜ਼ਿਆਦਾ ਮੁੱਲ ਰੱਖਦਾ ਸੀਗਾ, ਮਹਿਨਾ ਰੱਖਦਾ ਸੀਗਾ। ਉਹ ਉਸਦਾ ਘਰ ਪੁੱਛ ਕੇ ਸ਼ਾਹੂਕਾਰ ਦਾ ਚਲੇ ਗਏ, ਕਹਿਣ ਲੱਗੇ ਆਓ ਮਹਾਤਮਾ ਜੀ। ਸ਼ਾਹੂਕਾਰ ਨੇ ਆਦਰ ਦੇ ਕੇ ਬਿਠਾਇਆ। ਉਹ ਕਹਿਣ ਲੱਗਿਆ ਖਾਣਾ ਖਾਣਾ ਹੈ? ਉਹ ਕਹਿੰਦੇ ਜੀ ਆਇਆ, ਖਾਣਾ ਤਿਆਰ ਕਰਾ ਦਿੰਦੇ ਹੈ। ਜਦ ਖਾਣਾ ਤਿਆਰ ਹੋਣ ਲੱਗਿਆ ਤਾਂ ਇੱਕ ਦੂਸਰੇ ਨਾਲ ਖਿਆਲ ਸਾਂਝੇ ਕਰਨ ਲੱਗੇ, ਬਾਤਚੀਤ ਹੋਣ ਲੱਗੀ। ਉਹ ਪੁੱਛਣ ਲੱਗਿਆ ਕਿ ਸ਼ੇਰ ਸਾਹਿਬ ਆਪਦੇ ਕਿਤਨੇ ਲੜਕੇ ਹੈ? ਉਹ ਕਹਿੰਦਾ ਜੀ ਇੱਕ। ਤੇਰੇ ਪਾਸ ਧਨ ਕਿੰਨਾ ਕੁ ਹੈ? ਉਹ ਕਹਿੰਦਾ ਜੀ 50 ਕੁ ਹਜ਼ਾਰ ਹੈ। ਮਹਾਤਮਾ ਨੇ ਸੋਚਿਆ ਵੀ ਮੈਂ ਤਾਂ ਇਹਦੇ 4 ਲੜਕੇ ਸੁਣੇ ਸੀ ਔਰ 4 ਲੱਖ ਦੀ ਅਸਾਮੀ ਸੁਣੀ ਸੀ, ਤੇ ਮੈਂ ਤਾਂ ਸੱਚਾ ਸੁੱਚਾ ਆਦਮੀ ਸਮਝ ਕੇ ਇਹਦੇ ਘਰ ਅੰਦਰ ਆਇਆ ਹੈ, ਇਹ ਤਾਂ ਝੂਠ ਦੀ ਪੰਡ ਨਿਕਲਿਆ, ਇਹਦੇ ਘਰ ਦਾ ਖਾਣਾ ਕੀ ਖਾਣਾ ਹੈ। ਮਹਾਤਮਾ ਉੱਠ ਕੇ ਤੁਰਨ ਲੱਗਿਆ। ਸ਼ਾਹੂਕਾਰ ਪੁੱਛਦਾ ਹੈ ਕੀ ਗੱਲ ਮਹਾਤਮਾ ਜੀ, ਖਾਣਾ ਤਿਆਰ ਹੁੰਦਾ ਹੈ, ਤੁਸੀਂ ਕਿਉਂ ਜਾ ਰਹੇ ਹੋ? ਉਹ ਕਹਿਣ ਲੱਗਿਆ ਵੀ ਮੈਂ ਤੇਰੇ 4 ਲੜਕੇ ਸੁਣੇ ਸੀ, ਤੂੰ ਇੱਕ ਦੱਸਦਾ ਹੈ। ਬਸ ਮੈਂ ਤੇਰੇ ਕਿਹੜਾ ਲੜਕੇ ਲੈ ਕੇ ਜਾਣੇ ਹੈ? ਲੜਕੇ ਤਾਂ ਤੇਰੇ ਤੇਰੇ ਕੋਲੇ ਹੀ ਰਹਿਣੇ ਹੈ। ਮੈਂ ਤੈਨੂੰ 4 ਲੱਖ ਦੇ ਸਾਮੀ ਲੋਕਾਂ ਤੋਂ ਸੁਣਿਆ ਹੈ, ਤੂੰ ਕਹਿੰਦਾ ਕਿ 50 ਹਜ਼ਾਰ ਰੁਪਇਆ ਹੈ, ਬਸ ਮੈਂ ਕੀ ਤੇਰਾ ਧਨ ਲੈ ਕੇ ਜਾਣਾ ਹੈ? ਉਹ ਰਹੇਗਾ ਤਾਂ ਤੇਰੇ ਪਾਸ ਹੀ। ਉਹ ਕਹਿੰਦਾ ਮਹਾਤਮਾ ਜੀ ਤੁਸੀਂ ਮੇਰੀ ਬਾਤ ਨੂੰ ਸਮਝੇ ਨਹੀਂ, ਦੁਨਿਆਵੀ ਤੌਰ ਤੇ ਲੜਕੇ ਤਾਂ ਜ਼ਰੂਰ 4 ਹੈ, ਲੇਕਿਨ ਪਰਮਾਰਥ ਦੇ ਅੰਦਰ ਇੱਕੋ ਹੀ ਸਾਥ ਦਿੰਦਾ ਹੈ, ਬਾਕੀ ਜੋ 3 ਹਨ ਉਹ ਕਰਜ਼ ਖਾ ਹਨ, ਸ਼ਰਾਬੀ ਕਬਾਬੀ ਹਨ। ਮੈਂ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਲੜਕੇ ਕਹਿ ਸਕਦਾ ਹੈ? ਜੋ ਮੇਰਾ ਸਾਥ ਦਿੰਦਾ ਹੈ, ਮੇਰਾ ਤਾਂ ਉਹ ਇੱਕੋ ਹੀ ਲੜਕਾ ਹੈ। ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਤਾਂ 4 ਲੱਖ ਦੀ ਮੈਂ ਅਸਾਮੀ ਹੈ, ਲੇਕਿਨ 50 ਹਜ਼ਾਰ ਰੁਪਇਆ ਜੋ ਹੈ ਉਹ ਮੈਂ ਪਰਮਾਰਥ ਵਿੱਚ ਲਾਤਾ, ਸਾਧ ਸੰਗਤ ਵਿੱਚ ਲਾਇਆ ਹੈ, ਜਿਹੜਾ ਕਿ ਮੇਰਾ ਆਪਣਾ ਹੈ। ਬਾਕੀ ਪਤਾ ਨਹੀਂ ਡਾਕਟਰਾਂ ਦੀਆਂ ਫੀਸਾਂ 'ਚ ਨਿਕਲਣਾ, ਜਾਂ ਚੋਰਾਂ ਨੇ ਚੋਰੀ ਕਰਨੀ ਹੈ, ਜਾਂ ਹੋਰ ਕਿਸੇ ਮੁਕੱਦਮੇ ਦੀਆਂ ਫੀਸਾਂ 'ਚ ਨਿਕਲਣਾ, ਜਾਂ ਕਿੱਥੇ ਲੱਗਣਾ ਹੈ, ਮੈਂ ਉਸ ਨੂੰ ਕਿਸ ਤਰ੍ਹਾਂ ਆਪਣਾ ਕਹਿ ਸਕਦਾ ਹਾਂ?
ਤੇ ਮਹਾਤਮਾ ਨੇ ਕੰਨ ਨਹੀਂ ਖੁਰਕਿਆ, ਚੁੱਪ ਕਰਕੇ ਖਾਣਾ ਖਾ ਲਿਆ। ਤੋ ਕਹਿਣ ਦਾ ਭਾਵ ਮਹਾਰਾਜ ਸਾਵਣ ਦਾ ਇਹੀ ਸੀ ਕਿ ਸੰਤ ਸਾਡੀ ਕਮਾਈ ਨੂੰ ਪਵਿੱਤਰ ਕਰਨ ਦੀ ਖਾਤਰ ਹੀ ਉਹ ਸਾਧ ਸੰਗਤ ਦੇ ਵਿੱਚ ਲਾਉਂਦੇ ਹੈ, ਤਾਂ ਕਿ ਸੇਵਕ ਦੀ ਜੋ ਕਮਾਈ ਹੈ ਪਵਿੱਤਰ ਹੋ ਜਾਏ, ਇਹਨੂੰ ਹੰਕਾਰ ਨਾ ਆਵੇ ਮਾਇਆ ਦਾ। ਕਬੀਰ ਸਾਹਿਬ ਕਹਿੰਦੇ ਹੈ, ਗੁਰਬਿਨ ਮਾਲਾ ਫੇਰਦੇ, ਗੁਰਬਿਨ ਦਿੰਦੇ ਦਾਨ, ਗੁਰਬਿਨ ਦਾਨ ਹਰਾਮ ਹੈ, ਜੈ ਪੁੱਛੋ ਵੇਦ ਪ੍ਰਾਨ। ਆਪਦੇ ਪਿਆਰੇ ਲੜਕੇ ਦੀ ਕਮਾਈ ਦਾ ਕਦਰ ਆਪਦੇ ਪਿਤਾ ਨੂੰ ਵੀ ਹੁੰਦਾ ਹੈ। ਜੋ ਸਿਆਣਾ ਦੁਨਿਆਵੀ ਪਿਤਾ ਹੈ, ਉਹ ਆਪਦੇ ਬੱਚਿਆਂ ਦੀ ਕਮਾਈ ਨੂੰ ਸ਼ਰਾਬਾਂ ਕਬਾਬਾਂ ਵਿਸ਼ੇ ਬਕਾਰਾਂ ਵਿੱਚ ਨਹੀਂ ਲਾਏਗਾ, ਉਹ ਉੱਥੇ ਲਾਏਗਾ ਜਿੱਥੇ ਉਹਦੇ ਫਾਇਦੇਮੰਦ ਹੈ। ਤੋ ਕਬੀਰ ਸਾਹਿਬ ਕਹਿੰਦੇ ਹੈ, ਸਾਡੇ ਦਾਨ ਦੇ ਹੱਕ ਕੌਣ ਹੈ? ਸਾਡੇ ਗੁਰੂ ਹੁੰਦੇ ਹੈ, ਉਹ ਸਾਥੋਂ ਉੱਥੇ ਖਰਚ ਕਰਾ ਦੇਣਗੇ, ਕਿਸੇ ਗਰੀਬ ਦੀ ਮਦਦ ਕਰਾ ਦੇਣਗੇ, ਲੇਕਿਨ ਆਪਣੇ ਵਾਸਤੇ ਉਹ ਸੂਈ ਤੱਕ ਵੀ ਸੇਵਕ ਦੀ ਨਹੀਂ ਲੈਂਦੇ। ਗੁਰੂ ਨਾਨਕ ਨੇ ਵੀ ਕਿਹਾ, ਖੇਤ ਪਛਾਣਾ ਬੀਜੈ ਦਾਨ। ਕਹਿੰਦੇ ਕਿ ਦਾਨ ਬੀਜਣ ਲੱਗੇ ਤੁਸੀਂ ਖੇਤ ਨੂੰ ਪਛਾਣੋ, ਕਿ ਸਾਡਾ ਜਿਹੜਾ ਇਹ ਦਾਨ ਹੈ ਕਿ ਇਸ ਨੂੰ ਖਾ ਕੇ ਸੰਗਤ ਸ਼ਬਦ ਨਾਮ ਦੀ ਕਮਾਈ ਕਰਦੀ ਹੈ ਕਰੇਗੀ, ਜਾਂ ਕਿੱਥੇ ਲੱਗ ਰਿਹਾ ਹੈ। ਮਹਾਰਾਜ ਕਿਰਪਾਲ ਕਹਿੰਦੇ ਸੀ, ਜਿਹੜੀ ਅੱਜ ਕੱਲ੍ਹ ਦੀ ਦਾਨ ਦੀ ਪ੍ਰਥਾ ਹੈ, ਉਹ ਅਸੀਂ ਐਸੇ ਥਾਵਾਂ ਵਿੱਚ ਭੇਜ ਰਹੇ ਹਾਂ, ਦੇ ਰਹੇ ਹਾਂ, ਜਿੱਥੇ ਕਿ ਕਰੋੜਾਂ ਅਰਬੋਂ ਰੁਪਏ ਪਹਿਲੇ ਪਏ ਹੋਏ ਹੈ, ਜਿਹੜੇ ਕਿ ਸਾਡੀ ਜ਼ਿੰਦਗੀ 'ਚ ਕਿ ਸਾਥੋਂ ਬਾਅਦ ਵੀ ਉਹ ਲੋਕਾਂ ਦੇ ਕੰਮ ਨਹੀਂ ਆਏਗੀ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਸੰਤ ਸਤਿਗੁਰੂ ਜਦ ਵੀ ਸੰਸਾਰ ਦੇ ਵਿੱਚ ਆਉਂਦੇ ਹੈ, ਉਹ ਨਮੂਨੇ ਦਾ ਇੱਕ ਜੀਵਨ ਬਤੀਤ ਕਰਦੇ ਹੈ। ਕਬੀਰ ਸਾਹਿਬ ਦੀ ਹਿਸਟਰੀ ਦੇ ਅੰਦਰ ਆਉਂਦਾ ਹੈ ਕਿ ਉਹ ਤਾਣਾ ਆਉਂਦੇ ਸਨ, ਆਪਣੀ ਪਰਵਿਸ਼ ਕਰਦੇ, ਸਾਧ ਸੰਗਤ ਦੀ ਸੇਵਾ ਕਰਦੇ ਸਨ। ਕਈ ਦਫ਼ਾ ਉਹਨਾਂ ਦੇ ਘਰ ਅੰਦਰ ਉਹਨਾਂ ਨੂੰ ਖਾਟ ਵੀ ਸੌਣ ਨੂੰ ਨਹੀਂ ਮਿਲਦੀ ਸੀ, ਔਰ ਖਾਣਾ ਖਾਣ ਨੂੰ ਵੀ ਨਹੀਂ ਮਿਲਦਾ ਸੀਗਾ। ਸਾਧ ਸੰਗਤ ਨੂੰ ਖਵਾਉਂਦੇ ਸੀ ਜੋ ਆਉਂਦਾ ਸੀਗਾ, ਤੇ ਚਣੇ ਚੱਬ ਕੇ ਉਹ ਗੁਜ਼ਾਰਾ ਕਰਦੇ ਸਨ। ਜੋ ਮਾਤਾ ਪਿਤਾ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਸੀਗੇ, ਉਹ ਬੜੇ ਨਾਰਾਜ਼ ਸਨ ਕਿ ਹਮਕੋ ਚਾਵਨ ਚਾਵਲ ਇਨਕੋ, ਸਾਨੂੰ ਤਾਂ ਛੋਲੇ ਚੱਬਣ ਨੂੰ ਕਹਿੰਦੇ ਆ, ਚੱਬ ਲਓ, ਸਾਧ ਸੰਗਤ ਦੀ ਸੇਵਾ ਕਰੋ, ਤੇ ਉਹਨਾਂ ਨੂੰ ਅੱਛਾ ਖਾਣਾ ਦਿੰਦੇ ਹੈ। ਹਮਕੋ ਸਾਥਰ ਉਨਕੋ ਖਾਟ, ਸਾਨੂੰ ਕਹਿੰਦੇ ਆ, ਸੰਗਤ ਚਾਰਪਾਈ ਤੇ ਖਾਟ ਦੇ ਉੱਤਰ ਪਏ ਤਾਂ ਅੱਛਾ ਹੈ, ਆਪਾਂ ਰਾਤ ਦਾ ਕੀ ਹੈ, ਅਗਰ ਭੁੰਜੇ ਸੌਂ ਕੇ ਬਿਤਾ ਲਾਂਗੇ ਤੇ ਕੋਈ ਹਰਜ ਨਹੀਂ ਗਾ। ਫੇਰ ਉਹ ਮਾਤਾ ਕਹਿੰਦੀ, ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਪਿਓ, ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੁਇਓ। ਤੋ ਜੋ ਉਥੋਂ ਦਾ ਰਾਜਾ ਸੀਗਾ ਵੀਰ ਸਿੰਘ ਬਘੇਲਾ, ਉਸਨੇ ਇੱਕ ਬੜਾ ਖੂਬਸੂਰਤ ਮਹੱਲ ਬਣਾਇਆ, ਪਬਲਿਕ ਨੂੰ ਸੱਦਾ ਦਿੱਤਾ
ਕਿ ਇਸ ਮਹੱਲ ਨੂੰ ਤੁਸੀਂ ਦੇਖੋ, ਇਹਦੇ ਵਿੱਚ ਕੋਈ ਨੁਕਸ ਹੈ ਤਾਂ ਬਤਾਓ। ਤਾਂ ਕਬੀਰ ਸਾਹਿਬ ਉਸ ਵਕਤ ਉਸੇ ਸ਼ਹਿਰ ਅੰਦਰ ਸੀ, ਹਾਲਾਂਕਿ ਸੰਤਾਂ ਨੂੰ ਐਸੀਆਂ ਇਮਾਰਤਾਂ ਨਾਲ ਕੋਈ ਲਗਾਓ ਨਹੀਂ ਹੁੰਦਾ ਗਾ। ਜੈਸੇ ਕਿ ਮਹਾਰਾਜ ਸਾਵਨ ਸਿੰਘ ਇੱਕ ਦਫਾ ਆਗਰੇ ਤਾਜ ਮਹੱਲ ਦੇਖਣ ਵਾਸਤੇ ਗਏ, ਉਹਨਾਂ ਦੇ ਸਾਥ ਇੱਕ ਲੜਕੀ ਬੜੀ ਹੀ ਕਮਾਈ ਵਾਲੀ ਸੀ, ਉਸ ਨੂੰ ਪੁੱਛਣ ਲੱਗੇ ਕਿ ਕਦੇ ਐਸਾ ਖੂਬਸੂਰਤ ਮਹੱਲ ਪਹਿਲਾਂ ਵੀ ਦੇਖਿਆ? ਉਹ ਕਹਿਣ ਲੱਗੇ ਹਾਂ, ਤੁਹਾਡੀ ਦਇਆ ਨਾਲ ਇਹ ਤਾਂ ਉਹਦੇ ਮੁਕਾਬਲੇ ਤੇ ਨੇਤਰਾਂ ਦੀ ਟੱਟੀ ਜੈਸਾ ਵੀ ਨਹੀਂ। ਇਸੇ ਤਰ੍ਹਾਂ ਜਦ ਮੈਂ ਪਹਿਲੇ ਟੂਰ ਤੇ ਅਮਰੀਕਾ ਗਿਆ, ਕਿਉਂਕਿ ਆਮ ਸਾਡੇ ਲੋਕਾਂ ਦੇ ਦਿਲਾਂ ਚ ਖਿਆਲ ਹੁੰਦਾ ਹੈ ਕਿ ਇਹ ਇੱਕ ਜੰਗਲ ਵਿੱਚ ਰਹਿ ਰਿਹਾ ਹੈ, ਇਹਨਾਂ ਕਿਹੜਾ ਕੁਛ ਦੇਖਿਆ ਹੁੰਦਾ ਹੈ। ਜਦ ਸਾਡੇ ਹਿੰਦੁਸਤਾਨ ਦੇ ਲੋਕ ਇਹ ਸੋਚ ਸਕਦੇ ਹੈ, ਤੋ ਅਮਰੀਕਾ ਜੋ ਦੁਨੀਆਂ ਦਾ ਸਵਰਗ ਹੈ ਉਹਨਾਂ ਦੇ ਵਾਸਤੇ ਸੋਚਣਾ ਤਾਂ ਬੜਾ ਇੱਕ ਸੁਭਾਵਿਕ ਹੀ ਹੈ। ਇਹ ਇੱਕ ਅਮਰੀਕਨ ਪ੍ਰੇਮੀ ਨੇ ਸਵਾਲ ਕਰਿਆ ਸੀਗਾ। ਜਦ ਮੈਂ ਫਲੋਰੀਡਾ ਦੱਖਣੀ ਅਮਰੀਕਾ ਤੋਂ ਵਾਪਸ ਆਇਆ, ਕਿਉਂਕਿ ਉੱਥੇ ਏਅਰਪੋਰਟ ਦੇ ਜੋ ਅੱਡੇ ਹੈ ਉਹ ਬੜੇ ਹੀ ਅਦਰਕ ਤਰੀਕੇ ਦੇ ਨਾਲ ਬਣਾਏ ਹੈ, ਬੜੇ ਸੁਹਾਵਣੇ ਹੈ, ਦੇਖਣ ਨਾਲ ਹੀ ਉਹ ਪਲਕ ਰੱਖਦੇ ਹੈ। ਉਹ ਮੈਨੂੰ ਕਹਿਣ ਲੱਗਿਆ ਕਿ ਕਦੇ ਸੰਤ ਜੀ ਐਸੇ ਪਹਿਲਾਂ ਵੀ ਦੇਖੇ ਹੈ? ਮੈਂ ਉਹਨੂੰ ਹੱਸ ਕੇ ਕਿਹਾ ਪਿਆਰ ਨਾਲ, ਹਾਂ ਗੁਰੂ ਦੀ ਕਿਰਪਾ ਨਾਲ ਕਈ ਦਫਾ ਦੇਖੇ ਹੈ, ਅੰਦਰ ਇਦੋਂ ਵੀ ਸੁਹਾਵਣੇ ਹੈ, ਅੱਛੇ ਹੈ। ਅਗਰ ਤੁਸੀਂ ਇੱਕ ਦਫਾ ਅੰਦਰ ਚਲੇ ਜਾਓ ਇਹ ਸਵਾਲ ਵੀ ਤੁਸੀਂ ਨਾ ਕਰ ਸਕੋ। ਕਬੀਰ ਸਾਹਿਬ ਨੇ ਕਿਹਾ, ਮਹਿਰਮ ਹੋਏ ਸੇ ਜਾਣੋ ਸਾਧੂ, ਐਸਾ ਦੇਸ ਹਮਾਰਾ। ਅਗਰ ਕੋਈ ਮਹਿਰਮ ਹੋਵੇ ਉਹ ਵੀ ਸਮਝ ਸਕਦਾ, ਦੇਖ ਸਕਦਾ ਹੈ ਕਿ ਕਿਸ ਬਾਗ ਦੇ ਪੰਛੀ ਹੈ। ਸੋ ਇਸ ਵਾਸਤੇ ਕਬੀਰ ਸਾਹਿਬ ਖੁਦ ਤਾਂ ਜਾਣਾ ਨਹੀਂ, ਉਸ ਮਹੱਲ ਨੂੰ ਦੇਖਣ ਚਾਹੁੰਦੇ ਸੀ, ਫਿਰ ਵੀ ਆਪਦੇ ਸੇਵਕਾਂ ਦਾ ਮਨ ਰੱਖਣ ਵਾਸਤੇ ਉਹ ਸਾਥ ਉਹਨਾਂ ਦੇ ਚਲੇ ਗਏ, ਜਾ ਕੇ ਮਹੱਲ ਦੇਖਿਆ। ਹੁਣ ਰਾਜੇ ਬਘੇਲਾ ਨੂੰ, ਵੀਰ ਸਿੰਘ ਨੂੰ ਇਹ ਸੀਗਾ ਕਿ ਐਸਾ ਮਹੱਲ ਹੋਰ ਕਿਤੇ ਵੀ ਨਹੀਂ ਗਾ। ਜਦ ਵਾਪਸ ਆਏ ਪੁੱਛਣ ਲੱਗੇ, ਕਿਉਂ ਜੀ ਮਹਾਤਮਾ ਜੀ ਐਸਾ ਮਹੱਲ ਕਦੇ ਦੇਖਿਆ ਹੈ ਪਹਿਲਾਂ? ਇਹ ਚ ਕੀ ਨੁਕਸ ਹੈ? ਉਹ ਕਹਿਣ ਲੱਗੇ, ਹਾਂ ਤੂੰ ਨੁਕਸ ਪੁੱਛਦਾ ਹੈ, ਇਹਦੇ ਅੰਦਰ ਦੋ ਬੜੇ ਭਾਰੀ ਨੁਕਸ ਹੈ। ਇੱਕ ਤਾਂ ਇਹ ਹੈ ਕਿ ਇਹ ਵਕਤ ਪੈ ਕੇ ਭੁਰ ਜਾਏਗਾ, ਖੋਖਲਾ ਹੋ ਜਾਏਗਾ, ਕਮਜ਼ੋਰ ਹੋ ਜਾਏਗਾ, ਗਿਰ ਜਾਏਗਾ। ਇੱਕ ਇਹ ਹੈ ਕਿ ਇਹਨੂੰ ਬਣਾਉਣ ਵਾਲਾ ਉਹ ਖੁਦ ਹੀ ਸੰਸਾਰ ਨੂੰ ਇਸ ਮਹੱਲ ਨੂੰ ਛੱਡ ਕੇ ਚਲਿਆ ਜਾਏਗਾ। ਤੋ ਰਾਜਾ ਕਹਿਣ ਲੱਗਿਆ, ਮਹਾਤਮਾ ਜੀ ਤੁਸੀਂ ਬੜੇ ਸਮਝਦਾਰ ਹੋ,
ਇੱਕ ਮਹਾਤਮਾ ਦੇ ਮੂੰਹ ਚ ਇਹ ਲਫ਼ਜ਼ ਨਿਕਲਣੇ ਅੱਛੇ ਨਹੀਂ ਹੁੰਦੇ ਗੇ, ਤੁਸੀਂ ਐਸਾ ਕਿਉਂ ਬੋਲਦੇ ਹਾਂ? ਹੁਣ ਸੰਤ ਲਾ ਧੜਕ ਹੁੰਦੇ ਹੈ, ਕਬੀਰ ਸਾਹਿਬ ਤਾਂ ਸੀ ਲਾ ਧੜਕ। ਉਹ ਕਹਿਣ ਲੱਗੇ ਹਾਂ ਇਹ ਸੰਸਾਰ ਹੀ ਮੌਤ ਔਰ ਪੈਦਾਇਸ਼ ਦਾ ਹੈ, ਜੋ ਇੱਥੇ ਘੜਿਆ ਜਾਂਦਾ ਹੈ ਉਹ ਭਜਦਾ ਜ਼ਰੂਰ ਹੈ, ਜੋ ਪੈਦਾ ਹੁੰਦਾ ਹੈ ਉਹ ਮਰਦਾ ਜ਼ਰੂਰ ਹੈ। ਇੱਥੇ ਕਿਹਦੀ ਮਰਿਆਦ ਹੈ? ਜਿਹੜੇ ਅੱਜ ਆਪਾਂ ਬੜੇ ਬੜੇ ਗੜ੍ਹ ਦੇਖਦੇ ਹਾਂ, ਇਹਨਾਂ ਨੂੰ ਜਦ ਕਿਸੇ ਨੇ ਬਣਾਇਆ ਸੀਗਾ ਬਾਦਸ਼ਾਹ ਲੋਕਾਂ ਨੇ, ਕਿ ਉਹਨਾਂ ਦੇ ਦਿਮਾਗ 'ਚ ਸੀ ਇਹ ਗੱਲ ਵੀ ਅਸੀਂ ਛੱਡ ਕੇ ਚਲੇ ਜਾਵਾਂਗੇ। ਤੋ ਸੰਤਾਂ ਨੂੰ ਇਹ ਗਿਆਨ ਹੁੰਦਾ ਹੈ, ਤੋ ਹੌਲੀ ਹੌਲੀ ਰਾਜੇ ਦੇ ਦਿਲ ਦੇ ਵਿੱਚ ਉਤਸ਼ਾਹ ਹੋਇਆ ਕਿ ਇਸ ਮਹਾਤਮਾ ਨੇ ਜਿਹੜਾ ਮੇਰਾ ਰਾਜੇ ਦਾ ਵੀ ਇਤਨਾ ਰੋਹਬ ਨਹੀਂ ਚੱਲਿਆ, ਸੱਚ ਕਹਿ ਦਿੱਤਾ ਹੈ, ਇਹਦੇ ਵਿਖਿਆਨ ਸੁਣਨੇ ਚਾਹੀਦੇ ਹੈ। ਉਹ ਇੱਥੋਂ ਹੀ ਹੌਲੀ ਹੌਲੀ ਉਹਨਾਂ ਦੀ ਸੰਗਤ ਔਰ ਸੋਭਤ ਦੇ ਵਿੱਚ ਜਾਣ ਲੱਗਿਆ। ਸੰਤਾਂ ਦੀ ਸੰਗਤ ਦਾ ਇਹੀ ਫਲ ਹੁੰਦਾ ਹੈ ਕਿ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਹੈ, ਸਾਡੇ ਘਰ ਦੀ ਯਾਦ ਆਉਂਦੀ ਹੈ। ਤਾਂ ਉਸਨੇ ਵੀ ਨਾਮਦਾਨ ਪ੍ਰਾਪਤ ਕੀਤਾ। ਹੋਰ ਕਈ ਰਾਜੇ ਐਸੇ ਸਨ ਜਿਹੜੇ ਕਬੀਰ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਜੀਵਨ ਸਫਲ ਕਰ ਚੁੱਕੇ, ਲੇਕਿਨ ਆਪ ਆਪਣੀ ਸਾਰੀ ਜ਼ਿੰਦਗੀ ਦਸਾਂ ਨੋਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰਦੇ ਰਹੇ। ਸੰਤ ਆਪਣੀ ਆਜੀਵਿਕਾ ਦਾ ਜ਼ਰੂਰ ਕੋਈ ਨਾ ਕੋਈ ਸਾਧਨ ਬਣਾਉਂਦੇ ਹੈ, ਖੇਤੀ ਕਰਨ, ਦੁਕਾਨਦਾਰੀ ਕਰਨ। ਦਾਦੂ ਸਾਹਿਬ ਨੇ ਧੁਨੀਆਂ ਦਾ ਕੰਮ ਕੀਤਾ, ਰਵਿਦਾਸ ਨੇ ਜੁੱਤੀਆਂ ਗੱਠੀਆਂ, ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਐਸੇ ਮਹਾਤਮਾ ਜੋ ਕੁਛ ਵੀ ਕਹਿੰਦੇ ਹੈ ਉਹ ਸਾਡੀ ਆਤਮਾ ਦੇ ਫਾਇਦੇ ਦਾ ਹੀ ਕਹਿੰਦੇ ਹੈ। ਸੋ ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਆਪ ਕਹਿੰਦੇ ਹੈ ਕੀ ਕਰੋ, ਜੋ ਸਤਿਗੁਰੂ ਕਹਿੰਦੇ ਹੈ ਉਹ ਕਰੋ। ਸਤਿਗੁਰੂ ਕੀ ਕਹਿੰਦੇ ਹੈ ਸਾਨੂੰ? ਜਿਹੜੇ ਪੰਜ ਡਾਕੂ ਸਹਿਜੋ ਬਾਈ ਨੇ ਕਿਹਾ ਸੀ, ਹਰ ਨੇ ਪਾਂਚ ਚੋਰ ਦੀ ਸਾਥਾ, ਗੁਰ ਨੇ ਲਈ ਛਡਾਏ ਅਨਾਥਾ। ਜਿਸ ਹਰੀ ਨੇ ਸਾਨੂੰ ਸੰਸਾਰ ਵਿੱਚ ਜਨਮ ਦਿੱਤਾ ਹੈ ਉਹਨੇ ਐਸੇ ਪੰਜ ਡਾਕੂ, ਪੰਜ ਚੋਰ ਦਿੱਤੇ ਜਿਹੜੇ ਕਿ ਦਿਨ ਰਾਤ ਉਹ ਨਾ ਔਰਤ ਨੂੰ ਚੈਨ ਲੈਣ ਦਿੰਦੇ ਨਾ ਮਰਦ ਨੂੰ। ਜਦ ਨਰਸ ਨੇ ਇਹਨਾਂ ਦੇ ਹੱਥੋਂ ਇੰਨੀ ਦੁਖੀ ਹੈ ਤੇ ਪਸ਼ੂ ਪੰਛੀ ਕਿਹੜਾ ਸੌਖੇ ਹੈ? ਪਸ਼ੂ ਪੰਛੀ ਵੀ ਇਹਨਾਂ ਦੇ ਹੱਥੋਂ ਦੁਖੀ ਹੋਏ ਬੈਠੇ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਆ ਕਾਮ ਛੱਡ ਦਿਓ, ਇਹ ਤੁਹਾਡੀ ਬੇਇੱਜ਼ਤੀ ਦਾ ਕਾਰਨ ਬਣਦਾ ਹੈ। ਕਾਮੀ ਆਦਮੀ ਨਾਮ ਦੀ ਚੜ੍ਹਾਈ ਨਹੀਂ ਕਰ ਸਕਦਾ। ਕ੍ਰੋਧ ਛੱਡ ਦਿਓ, ਇਹ ਵੀ ਇੱਕ ਤਤਕਾਲ ਦਾ ਪਾਗਲਪਨ ਹੈ, ਇਹ ਵੀ ਜਿਵੇਂ ਝੱਲ ਨੂੰ ਅੱਗ ਲੱਗਦੀ ਹੈ ਇਸ ਤਰ੍ਹਾਂ ਫੈਲ ਜਾਂਦਾ ਹੈ, ਤਬਾਹੀ ਦਾ ਕਾਰਨ ਬਣਦਾ ਹੈ। ਲੋਭ ਛੱਡ ਦਿਓ, ਲੋਭੀ ਆਦਮੀ ਜੋ ਹੈ ਉਹ ਆਪਣੇ ਪਰਾਏ ਦਾ ਖਿਆਲ ਹੀ ਨਹੀਂ ਕਰਦਾ ਗਾ, ਉਹਨੂੰ ਆਪਣਾ ਹੀ ਲੋਭ ਪੂਰਾ ਕਰਨ ਦੀ ਜ਼ਰੂਰਤ ਹੈ। ਗੁਰੂ ਨਾਨਕ ਕਹਿੰਦੇ ਆ ਲੋਭੀ ਦਾ ਵਸਾ ਨਾ ਕੀਜੈ,
ਜੇਕਾ ਪਰ ਵਸਾਏ। ਲੋਭੀ ਦੇ ਕਹਿੰਦੇ ਨੇੜੇ ਵੀ ਨਾ ਜਾਓ, ਉਹਦਾ ਅਤਵਾਰ ਹੀ ਨਾ ਕਰੋ, ਪਤਾ ਨਹੀਂ ਉਹਨੇ ਕਿੱਥੇ ਧੋਖਾ ਦੇਣਾ ਹੈ। ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਮੋਹ ਜਿਹੜਾ ਹੈ ਇਹ ਸਾਨੂੰ ਸੰਸਾਰ ਦੇ ਵਿੱਚ ਬੰਨਣ ਦਾ ਕਾਰਨ ਬਣਦਾ ਹੈ। ਵਾਰ ਵਾਰ ਅਸੀਂ ਮੋਹ ਦੇ ਵੱਧੇ ਹੀ ਇਸ ਸੰਸਾਰ ਵਿੱਚ ਆਉਂਦੇ ਹਾਂ। ਯਹਾਂ ਆਸਾ ਤਹਾਂ ਆਸਾ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਕਰਨ ਇਹਨੋ ਦੀ ਦਾਤ ਮਹਿਲ ਮੇਂ ਪਿਆਰਾ ਹੈ। ਵੀਰ ਸਾਹਿਬ ਕਹਿੰਦੇ ਉਹ ਪਰਮਾਤਮਾ ਦਾ ਤੇਰੇ ਮਹਿਲ ਸਰੀਰ ਦੇ ਅੰਦਰ ਹੈ, ਤੂੰ ਆਪਦੀਆਂ ਅੱਖਾਂ ਨਾਲ ਖੁਦ ਹੀ ਦੇਖ। ਕੀ ਚੀਜ਼ਾਂ ਨੂੰ ਛੱਡ ਦੇ? ਕਾਮ ਛੱਡ ਦੇ, ਕ੍ਰੋਧ ਛੱਡ ਦੇ, ਲੋਹ ਮੋਹ ਹੰਕਾਰ ਛੱਡ ਦੇ। ਇਹਨਾਂ ਦੀ ਜਗ੍ਹਾ ਸ਼ਿਲਾ, ਸੀਬ, ਸਿਮਾ, ਸੰਤੋਸ਼, ਵਿਵੇਕ ਕਿ ਜੋ ਵਿਰੋਧੀ ਤਾਕਤਾਂ ਹੈ ਉਹਨਾਂ ਨੂੰ ਬਾਹਰ ਕੱਢ ਦੇ, ਜੋ ਦਿਆਲੂ ਤਾਕਤਾਂ ਹੈ ਉਹਨਾਂ ਨੂੰ ਜਗ੍ਹਾ ਦੇ। ਜਦ ਸ਼ਾਹੂਕਾਰ ਬਾਜ਼ਾਰ ਅੰਦਰ ਹੈ, ਪੁਲਿਸ ਦਾ ਰਾਜ ਹੈ, ਚੋਰ ਲਟੇਰੇ ਜਿਹੜੇ ਹੈ ਉਹ ਖੁਦ ਹੀ ਨਹੀਂ ਉੱਥੇ ਰੁਕਦੇ, ਆ ਕੇ ਦੌੜ ਜਾਂਦੇ ਹੈ। ਇਸੇ ਤਰ੍ਹਾਂ ਜੇ ਪਰਮਾਤਮਾ ਸਾਡੇ ਜਿਸਮ ਦੇ ਅੰਦਰ ਹੈ, ਇਹ ਪੰਜੇ ਡਾਕੂ ਵੀ ਸਾਡੇ ਜਿਸਮ ਦੇ ਅੰਦਰ ਛਿਪੇ ਹੋਏ ਹੈ। ਕਾਮ ਦੀ ਲਹਿਰ ਅੰਦਰੋਂ ਹੀ ਉੱਠਦੀ ਹੈ, ਸੁੱਤੇ ਬੰਦੇ ਨੂੰ ਉਠਾ ਲੈਂਦੀ ਹੈ। ਕ੍ਰੋਧ ਦੀ ਲਹਿਰ ਵੀ ਅੰਦਰੋਂ ਉੱਠਦੀ ਹੈ, ਲੋਭ ਵੀ ਅੰਦਰੋਂ ਉੱਠਦਾ ਹੈ, ਜੋ ਕੁਛ ਹੈ। ਮੌਤ ਵੀ ਅੰਦਰ ਹੈ, ਇਹਦੀ ਦਵਾਈ ਵੀ ਅੰਦਰ ਹੈ। ਤੋ ਇਸ ਵਾਸਤੇ ਸੰਤ ਸਤਿਗੁਰੂ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਇਹਨਾਂ ਨੂੰ ਛੱਡ ਕੇ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋ। ਮੁਸਾਫਰ ਜਾਗਦੇ ਰਹਿਣਾ, ਨਗਰ ਮੇਂ ਚੋਰ ਆਤੇ ਹੈ। ਕਬੀਰ ਸਾਹਿਬ ਕਹਿੰਦੇ ਆ ਇਹ ਸਰੀਰ ਦੇ ਅੰਦਰ ਉਹ ਪੰਜੇ ਲਟੇਰੇ ਆਉਂਦੇ ਹੈ, ਉਹਨਾਂ ਨੂੰ ਚੋਰ ਕਰਕੇ ਬਿਆਨ ਕੀਤਾ ਹੈ, ਕਿਤੇ ਡਕੈਤ ਕਰਕੇ ਬਿਆਨ ਕੀਤਾ ਹੈ। ਜਰਾ ਸੀ ਨੀਂਦ ਗਫਲਤ ਮੇਂ ਦੇਖ ਝਟਪਟ ਗੱਠੜੀ ਉਠਾਤੇ ਹੈ। ਜੋ ਦਿਨ ਰਾਤ ਸੋਏ ਹੋਏ ਹੈ, ਜਿਨ੍ਹਾਂ ਨੂੰ ਖਿਆਲ ਹੀ ਨਹੀਂ, ਇਹਨਾਂ ਦੇ ਥੋਂ ਆਪਦੀ ਪੂੰਜੀ ਲੁਟਾਈ ਬੈਠੇ ਹੈ, ਕਹਿਣ ਲੱਗੇ ਉਹਨਾਂ ਦਾ ਕੀ ਹਾਲ। ਜਿਹੜਾ ਥੋੜੀ ਜਿਹੀ ਵੀ ਸੁਸਤੀ ਕਰਦਾ ਹੈ, ਗਫਲਤ ਕਰਦਾ ਹੈ, ਇਹ ਉਸਦਾ ਸਾਰਾ ਕੁਛ ਲੁੱਟ ਲੈਂਦੇ ਹੈ। ਹਾਂ ਬਾਈ, ਸਤਿਗੁਰੂ ਭਗਤੀ ਬਚਨ 18 ਸ਼ਬਦ 6 ਸਾਰ ਬਚਨ ਪੰਨਾ 136। ਸਤ ਗੁਰ ਕਹੇ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਮਤ ਕੋਈ। ਸਤ ਗੁਰ ਕਹੇ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਮਤ ਕੋਈ। ਸਾਡੇ ਅੰਦਰ ਦੋ ਤਾਕਤਾਂ ਕੰਮ ਕਰਦੀਆਂ ਹਨ, ਇੱਕ ਕਾਲ ਹੈ, ਇੱਕ ਦਿਆਲ ਹੈ। ਕਾਲ ਜੋ ਹੈ ਇਹਦਾ ਏਜੰਟ ਮਨ ਹੈ। ਕਾਲ ਨਾਲ ਤਾਂ ਜਦੋਂ ਵਾਸਤਾ ਪੈਣਾ ਹੈ ਪੈਣਾ ਹੀ ਹੁੰਦਾ ਹੈ, ਲੇਕਿਨ ਜਿਹੜਾ ਇਹਦਾ ਏਜੰਟ ਹੈ
ਉਹੀ ਸਾਨੂੰ ਭਰਮਾਈ ਫਿਰਦਾ ਹੈ, ਉਹੀ ਸਾਨੂੰ ਬਾਹਰ ਵੀ ਬਾਹਰ ਰੱਖਦਾ ਹੈ, ਅੰਦਰ ਵੜ ਨਹੀਂ ਦਿੰਦਾ ਗਾ। ਅੰਦਰ ਸਤਿਗੁਰੂ ਵੀ ਪ੍ਰੇਰਦਾ ਹੈ, ਇਹ ਨਹੀਂ ਕਿ ਉਹ ਅੰਦਰ ਬੈਠਾ ਸਾਨੂੰ ਪ੍ਰੇਰਦਾ ਨਹੀਂ। ਜਦ ਤੋਂ ਵੀ ਸਾਨੂੰ ਨਾਮ ਮਿਲ ਜਾਂਦਾ ਹੈ ਉਹ ਸ਼ਬਦ ਰੂਪ ਹੋ ਕੇ ਸੇਵਕ ਦੇ ਅੰਦਰ ਬੈਠਦਾ ਹੈ, ਉਹ ਜ਼ਰੂਰ ਪ੍ਰੇਰਨਾ ਦਿੰਦਾ ਹੈ, ਸਾਹ ਸਾਹ ਨਾਲ ਪ੍ਰੇਰਨਾ ਦਿੰਦਾ ਹੈ, ਲੇਕਿਨ ਅਸੀਂ ਉਹਦੀ ਆਵਾਜ਼ ਨਹੀਂ ਸੁਣਦੇ ਗੇ। ਅਸੀਂ ਮਨ ਦੀ ਆਵਾਜ਼ ਸੁਣਦੇ ਹਾਂ, ਜੋ ਬਦੀ ਦੇ ਖਿਆਲ ਸਾਡੇ ਅੰਦਰ ਉੱਠ ਰਹੇ ਹੈ ਦਿਨ ਰਾਤ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਹੈ, ਇਹ ਪਿਆਰਿਓ ਮਨ ਉਠਾਉਂਦਾ ਹੈ। ਜੋ ਇਹ ਲਹਿਰ ਚੱਲਦੀ ਹੈ ਕਿ ਹੁਣ ਮੈਂ ਭਜਨ ਕਰੂੰਗਾ, ਮੈਂ ਸਤਸੰਗ ਜਾਊਂਗਾ, ਦਿਨ ਰਾਤ ਇਹ ਵੀ ਬਰਾਬਰੀ ਲਹਿਰਾਂ ਚੱਲਦੀਆਂ ਹਨ। ਇਹ ਸਤਸੰਗੀ ਦੇ ਅੰਦਰ ਸਦਾ ਹੀ ਸੰਘਰਸ਼ ਚੱਲਦਾ ਰਹਿੰਦਾ ਹੈ, ਲੇਕਿਨ ਇਹ ਸਤਿਗੁਰੂ ਦੀ ਆਵਾਜ਼ ਨੂੰ ਉਤਨਾ ਪਕੜਦਾ ਨਹੀਂ ਮਜ਼ਬੂਤ ਕਰਕੇ, ਜਿੰਨਾ ਕਿ ਮਨ ਦੀ ਆਵਾਜ਼ ਨੂੰ ਪਕੜਦਾ ਹੈ। ਜਦ ਕਾਮ ਦੀ ਲਹਿਰ ਉੱਠਦੀ ਹੈ ਭਜਨ ਤਾਂ ਮੁਲਤਵੀ ਕਰ ਦੂਗਾ, ਕਿਉਂਕਿ ਮਨ ਦਾ ਵੇਗ ਹੈ, ਉਹ ਆਵਾਜ਼ ਸੁਣਨੀ ਆਸਾਨ ਸੀ। ਲੇਕਿਨ ਜਦ ਸਤਿਗੁਰੂ ਵੀ ਇਸੇ ਟਾਈਮ ਦੇ ਉੱਤੇ ਆਪਦੀ ਡਿਊਟੀ ਵਜਾਉਂਦਾ ਹੈ ਕਿ ਖਬਰਦਾਰ, ਉਸ ਵਕਤ ਉਹਦੀ ਆਵਾਜ਼ ਨਹੀਂ ਸੁਣਦਾ ਗਾ। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ, ਜੋ ਤੁਹਾਡਾ ਗੁਰੂ ਤੁਹਾਨੂੰ ਅੰਦਰ ਕਹਿ ਰਿਹਾ ਹੈ ਉਹ ਬਾਹਰ ਸਤਸੰਗ ਦੇ ਜ਼ਰੀਏ ਕਹਿੰਦਾ ਹੈ, ਅੰਦਰ ਵੀ ਉਹ ਪ੍ਰੇਰਣਾ ਦੇ ਰਿਹਾ ਹੈ। ਜੋ ਗੁਰੂ ਕਹਿੰਦਾ ਉਹ ਕਰੋ, ਜੋ ਮਨ ਤੁਹਾਨੂੰ ਬਦੀਆਂ ਵਾਲੇ ਪਾਸੇ ਲਿਜਾਂਦਾ ਉਹ ਨਾ ਕਰੋ। ਜੋ ਦੁਸ਼ਮਣ ਦੇ ਕਹੇ ਲੱਗੇਗਾ ਕਦੇ ਉਹ ਕਾਮਯਾਬ ਹੋ ਸਕਦਾ ਹੈ, ਦੁਸ਼ਮਣ ਕਦੇ ਉਹਨੂੰ ਨੇਕ ਸਲਾਹ ਦੇ ਸਕਦਾ ਹੈ। ਤੋ ਸਾਡੇ ਦੁਸ਼ਮਣ ਕੋਈ ਸਮਾਜ ਨਹੀਂ, ਕੋਈ ਮੁਲਕ ਨਹੀਂ, ਕੋਈ ਹੋਰ ਸਾਡਾ ਦੁਸ਼ਮਣ ਨਹੀਂ। ਸੱਚ ਤਾਂ ਇਹ ਹੈ ਕਿ ਸਾਡਾ ਦੁਸ਼ਮਣ ਸਾਡੇ ਅੰਦਰ ਹੀ ਬੈਠਾ ਹੈ, ਮਨ। ਇਹ ਹਿਰਨ ਦੀ ਤਰ੍ਹਾਂ ਸਾਨੂੰ ਪਟਕਾ ਰਿਹਾ ਹੈ ਜੀ। ਸਤ ਗੁਰ ਕਹੀ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਮਤ ਕੋਈ, ਯਹ ਪੌ ਮੇਂ ਗੋਤੇ ਦਿਲਵਾਵੇ, ਸਤ ਗੁਰ ਸੇ ਬੇਮੁਖ ਕਰਾਵੇ। ਅਗਰ ਜੇ ਅਸੀਂ ਮਨ ਦਾ ਕਿਹਾ ਮੰਨਦੇ ਹੈ ਤੋ ਕਹਿਣ ਲੱਗੇ ਇਹ ਤੁਹਾਨੂੰ ਨਰਕਾਂ ਵਿੱਚ ਲੈ ਜਾਏਗਾ, ਬੁਰਿਆਈ 'ਚ ਫਸਾ ਦੇਗਾ, ਇੱਥੋਂ ਤੱਕ ਕਿ ਗੁਰੂ ਤੋਂ ਵੀ ਬੇਮੁੱਖ ਕਰਾ ਦੇਵੇਗਾ। ਗੁਰੂ 'ਚ ਵੀ ਅਸੀਂ ਨੁਕਸ ਢੂੰਡਣੇ ਸ਼ੁਰੂ ਕਰ ਦਿੰਦੇ ਹਾਂ। ਕਿਉਂ ਕਰਦੇ ਹਾਂ ਬਈ? ਜਦ ਅਸੀਂ ਸ਼ਬਦ ਨਾਮ ਦੀ ਕਮਾਈ ਨਹੀਂ ਕਰਦੇ ਬੁਰਿਆਈ 'ਚ ਫਸ ਜਾਂਦੇ ਹਾਂ। ਮੈਂ ਉੱਪਰ ਦੱਸਿਆ ਸੀਗਾ ਕਿ ਦੋ ਤਾਕਤਾਂ ਸਾਡੇ ਅੰਦਰ ਕੰਮ ਕਰਦੀਆਂ ਹਨ, ਮਨ ਕਾਲ ਦਾ ਏਜੰਟ ਹੈ ਔਰ ਸ਼ਬਦ ਰੂਪ ਗੁਰੂ ਵੀ ਅੰਦਰ ਹੈ, ਦੋਨੇ ਹਦਾਇਤਾਂ ਕਰਦੇ ਹੈ। ਔਰ ਬਹੁਤ ਸਾਰੇ ਪ੍ਰੇਮੀ ਦੇਖੇ ਜਾਂਦੇ ਹੈ ਸਤਸੰਗੀ,
ਕਿ ਉਹ ਐਬ ਕਰ ਲੈਂਦੇ ਹੈ ਮਨ ਦੇ ਕਿਹਾ। ਇਹ ਮੈਨੂੰ ਸਾਵਣ ਦੇ ਦਰਬਾਰ ਵਿੱਚ ਦੇਖਣ ਦਾ ਵੀ ਮੌਕਾ ਮਿਲਿਆ ਔਰ ਮਹਾਰਾਜ ਕਿਰਪਾਲ ਦੇ ਦਰਬਾਰ ਵਿੱਚ ਵੀ। ਐਸਾ ਮੇਰੇ ਨਾਲ ਵੀ ਇਹ ਨਜ਼ਾਰਾ ਹੋ ਜਾਂਦਾ ਹੈ। ਸਤਸੰਗੀ ਮਨ ਦੇ ਕਿਹਾ ਕਰਕੇ ਐਬ ਕਰ ਲੈਂਦਾ ਹੈ, ਉਹ ਤਾਂ ਮਨ ਨੇ ਕਰਾਤਾ, ਹੁਣ ਮਾਫ਼ੀ ਕਿਹੜੀ ਚੀਜ਼ ਮੰਗਦੀ ਹੈ ਵੀ? ਕਦੇ ਮਨ ਮਾਫ਼ੀ ਮੰਗ ਸਕਦਾ ਹੈ? ਉਹ ਆਤਮਾ ਹੈ, ਉਸ ਵੇਲੇ ਪਤਾ ਲੱਗਿਆ ਕਿ ਅਸੀਂ ਗੁਨਾਹ ਕਰ ਲਿਆ। ਸੰਤ ਫਿਰ ਵੀ ਰਹਿਮ ਦਿਲ ਹੈ, ਉਹ ਨਹੀਂ ਪੁੱਛਦੇ ਗਏ। ਮਹਾਰਾਜ ਸਾਵਣ ਦੇ ਦਰਬਾਰ ਵਿੱਚ ਇੱਕ ਪ੍ਰੇਮੀ ਨੇ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਤੇ ਬੈਠ ਗਿਆ। ਮਹਾਰਾਜ ਜੀ ਸਤਸੰਗ ਕਰਕੇ ਉੱਠੇ, ਕਹਿੰਦਾ ਜੀ ਬਖਸ਼ ਲਓ, ਮਹਾਰਾਜ ਨੇ ਖੜੇ ਕਹਾਣੀ ਸੁਣਾਈ। ਕਹਿੰਦੇ ਦੇਖ ਬਈ, ਇੱਕ ਔਰਤ ਸੀ, ਉਸਦੇ ਇੱਕ ਬੱਕਰਾ ਰੱਖਿਆ ਹੋਇਆ ਸੀ, ਇੱਕ ਬਾਂਦਰ ਰੱਖਿਆ ਹੋਇਆ ਸੀਗਾ, ਔਰਤ ਬਾਜ਼ਾਰ ਚ ਗਈ, ਦਹੀਂ ਲਿਆਈ ਖਾਣਾ ਖਾਣ ਵਾਸਤੇ ਔਰ ਦੁੱਧ ਗਰਮ ਕਰਕੇ ਰੱਖ ਗਈ ਕਿ ਆ ਕੇ ਮੈਂ ਇਸ ਨੂੰ ਯੂਜ ਕਰ ਲੂੰਗੀ, ਪੀ ਲੂੰਗੀ। ਬਾਂਦਰ ਨੇ ਪਿੱਛੋਂ ਕੀ ਕੀਤਾ, ਆਪਦੇ ਗਲ ਚ ਰੱਸੀ ਕੱਢੀ ਔਰ ਜੋ ਦੁੱਧ ਵਗੈਰਾ ਸੀ ਸਾਰੇ ਨੂੰ ਪੀ ਕੇ ਆਰਾਮ ਨਾਲ, ਔਰ ਉਹ ਜੋ ਸੰਗਲੀ ਰੱਸੀ ਸੀਗੀ ਉਹ ਬਾਂਦਰ ਬੱਕਰੇ ਦੇ ਗਲ ਵਿੱਚ ਪਾ ਦਿੱਤੀ। ਹੁਣ ਬੱਕਰੇ ਨੂੰ ਖਾਣ ਨੂੰ ਤਾਂ ਕੁਛ ਮਿਲੇ ਨਾ, ਉਹ ਵਿਚਾਰਾ ਕਦੇ ਇੱਧਰ ਜਾਵੇ ਕਦੇ ਉੱਧਰ ਜਾਵੇ, ਕਦੇ ਕਿਸੇ ਬਰਤਨ 'ਚ ਮੂੰਹ ਪਾਵੇ। ਬਾਂਦਰ ਰੱਜਿਆ ਦੁੱਧ ਦਾ ਮੌਜ ਨਾਲ ਸੋਇਆ ਪਿਆ, ਔਰਤ ਆਈ ਬਾਹਰੋਂ, ਉਸਨੇ ਘੋਟਾ ਪਕੜਿਆ ਸੋਟਾ ਔਰ ਬੱਕਰੇ ਨੂੰ ਕੁੱਟਣਾ ਸ਼ੁਰੂ ਕੀਤਾ। ਇਹ ਕੌਤਕ ਕੋਈ ਹੋਰ ਵੀ ਪੜੋਸ ਵਾਲਾ ਦੇਖ ਰਿਹਾ ਸੀ, ਉਹ ਦੇਖ ਕੇ ਉਸਨੂੰ ਕਹਿਣ ਲੱਗਿਆ ਬਈ ਦੇਖ, ਇਹ ਬੱਕਰੇ ਵਿਚਾਰੇ ਦਾ ਤਾਂ ਕੋਈ ਕਸੂਰ ਨਹੀਂ ਗਾ, ਕਸੂਰ ਤਾਂ ਭਲਾ ਮਾਨ ਜਿਹੜਾ ਸੋਇਆ ਪਿਆ ਹੈ, ਸਾਰਾ ਦੁੱਧ ਤਾਂ ਉਸਨੇ ਪੀਤਾ ਹੈ, ਇਹਦੇ ਤਾਂ ਸਿਰਫ ਮੂੰਹ ਨੂੰ ਝਾਗੀ ਲਾਈ ਹੈ। ਸੋ ਮਹਾਰਾਜ ਜੀ ਕਹਿਣ ਲੱਗੇ ਤਨ ਬੱਕਰਾ ਹੈ ਮਨ ਬੰਦਰ ਹੈ, ਬਰਿਆਈ ਮਨ ਕਰਦਾ ਹੈ, ਸਵਾਦ ਮਨ ਚੱਖਦਾ ਹੈ, ਤੂੰ ਅਸੀਂ ਕਸ਼ ਤਨ ਨੂੰ ਦਿੰਦੇ ਹਾਂ। ਉਹ ਕਹਿੰਦੇ ਬੈਠ ਜਾ, ਤੈਨੂੰ ਬਖਸ਼ਣ ਵਾਲਾ ਤੇਰੇ ਅੰਦਰ ਬੈਠਾ। ਯਹ ਪੌਮੀ ਗੋਤੇ ਦਿਲਵਾਵੇ ਸਤ ਗੁਰ ਸੇ ਬੇਮੁਖ ਕਰਵਾਵੇ ਕਾਲ ਚੱਕਰ ਮੇਂ ਡਾਲ ਕੁਮਾਵੇ ਮੋਹ ਜਾਲ ਮੇਂ ਬਹੁਤ ਫਸਾਵੇ। ਆ ਪਿਆਰ ਨਾਲ ਕਹਿੰਦੇ ਹੈ, ਅਸੀਂ ਬਹੁਤ ਸਾਰੇ ਸ਼ਹਿਰਾਂ 'ਚ ਦੇਖਦੇ ਹਾਂ ਹੰਡੋਲੇ ਚੱਲਦੇ ਹੁੰਦੇ ਆ, ਤਮਾਸ਼ੀ ਵੀ ਲੋਕ
ਕਦੇ ਉੱਪਰ ਜਾਂਦੇ ਹੈ, ਕਦੇ ਉੱਪਰਲੇ ਨੀਚੇ ਆਉਂਦੇ ਹੈ, ਉਹਨਾਂ ਦਾ ਚੱਕਰ ਵਾਧਾ ਹੁੰਦਾ ਹੈ। ਇਹ ਤਾਂ ਹੈ ਇੱਕ ਬਾਹਰਲੀ ਮਿਸਾਲ, ਲੇਕਿਨ ਕਾਲ ਦਾ ਹੰਡੋਲਾ ਕਿਹੜਾ ਚੱਲਦਾ ਹੈ? ਕਦੇ ਅਸੀਂ ਪਸ਼ੂ ਹੈ, ਕਦੇ ਪੰਛੀ ਹੈ, ਕਦੇ ਅਸੀਂ ਕੁੱਤੇ ਬਿੱਲੇ ਬਣਦੇ ਹੈਂ, ਕਦੇ ਕਿਸੇ ਦੇ ਬਾਪ ਬਣਦੇ ਹੈ, ਕਦੇ ਕਿਸੇ ਦੇ ਬੱਚੇ ਬਣਦੇ ਹੈ, ਕਦੇ ਕਿਸੇ ਦੀ ਪਤਨੀ ਬਣਦੇ ਹੈ, ਕਦੇ ਪਤੀ ਬਣਦੇ ਹੈ, ਕਦੇ ਨੀਵੀਆਂ ਜੂਨਾਂ 'ਚ, ਕਦੇ ਉਤਲੀਆਂ ਜੂਨਾਂ ਦੇ ਵਿੱਚ। ਇਹ ਉਹਦਾ ਹੰਡੋਲਾ ਹੈ ਜਿਹੜੇ ਚੱਕਰ 'ਚ ਅਸੀਂ ਪਏ ਹੋਏ ਹੈ। ਤੋ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਅਗਰ ਜੇ ਤੁਸੀਂ ਮਨ ਦਾ ਕਿਹਾ ਮੰਨੋਗੇ, ਇਹ ਤੁਹਾਨੂੰ ਨਰਕ 'ਚ ਲੈ ਜਾਏਗਾ। ਕਹਿਣ ਲੱਗੇ ਉਸ ਹੰਡੋਲੇ ਦੇ ਵਿੱਚ ਤੁਹਾਨੂੰ ਜੂਨੀਆਂ 'ਚ ਫਸਾ ਦੇਵੇਗਾ। ਇੱਕ ਜੂਨ ਤੋਂ ਛੁਟਕਾਰਾ ਨਹੀਂ ਹੋਇਆ ਹੁੰਦਾ, ਦੂਸਰੀ ਪਹਿਲਾਂ ਹੀ ਖੜੀ ਹੁੰਦੀ ਹੈ ਜੀ। ਕਾਲ ਚੱਕਰ ਮੀ ਡਾਲ ਕੁਮਾਵੇ, ਮੋਹ ਜਾਲ ਮੀ ਬਹੁਤ ਫਸਾਵੇ, ਮਿੱਤਰ ਨਾ ਜਾਣੋ ਬੈਰੀ ਪੂਰਾ, ਗੁਰੂ ਭਗਤੀ ਸੇ ਡਾਰੇ ਦੂਰਾ। ਆ ਪਿਆਰ ਨਾਲ ਕਹਿੰਦੇ ਹੈ ਇਹ ਮਿੱਤਰ ਬਣ ਕੇ, ਕਦੇ ਵੈਰੀ ਬਣ ਧਮਕਾਵੇ, ਕਦੇ ਮਿੱਤਰ ਬਣ ਭਰਮਾਵੇ, ਕਦੇ ਇਹ ਦੁਸ਼ਮਣ ਦੀ ਤਰ੍ਹਾਂ ਧਮਕਾਉਣਾ ਸ਼ੁਰੂ ਕਰਦਾ ਹੈ। ਜੇ ਤੂੰ ਨਾਮ ਜਪਿਆ ਜਾਂ ਸੰਗਤ 'ਚ ਗਿਆ ਤੇਰਾ ਇਹ ਨੁਕਸਾਨ ਹੋਏਗਾ, ਤੇਰਾ ਇਹ ਹੋਏਗਾ। ਕਦੇ ਮਿੱਤਰ ਬਣ ਕੇ ਬੜੀਆਂ ਮਿੱਠੀਆਂ ਸਲਾਹਾਂ ਦੇ ਦਿੰਦਾ ਹੈ ਕਿ ਭਈਆ ਫਿਰ ਚਲੇ ਜਾਵਾਂਗੇ, ਚਲੋ ਇਹ ਸਤਸੰਗ ਤੇ ਕਾਰਜਕ੍ਰਮ ਤਿੰਨ ਤਾਂ ਦੂਸਰੇ 'ਤੇ ਚਲੇ ਜਾਵਾਂਗੇ। ਤੋ ਆਪ ਕਹਿਣ ਲੱਗੇ, ਜਿਨ੍ਹਾਂ ਨੇ ਵੀ ਗਣ ਗਧਰਵ ਕਿਸੇ ਨੇ ਵੀ ਇਸ ਦਾ ਕਹਿਣਾ ਮੰਨਿਆ, ਉਹਨਾਂ ਨੂੰ ਹੱਡੀਆਂ ਦਾ ਰਾਹ ਕਰ ਦਿੱਤਾ। ਤੁਸੀਂ ਦੇਖ ਲਓ, ਰਿਸ਼ੀਆਂ ਮੁਨੀਆਂ ਦੇ ਇਤਿਹਾਸ ਪੜ੍ਹਦੇ ਹੈ, ਪਾਰਾਸੁਰ ਰਿਸ਼ੀ ਦੀ ਆਮ ਪੁਰਾਣਾਂ ਵਿੱਚ ਕਹਾਣੀ ਆਉਂਦੀ ਹੈ। ਮਹਾਰਾਜ ਸਾਵਣ ਵੀ ਸੁਣਾਉਂਦੇ ਰਹੇ, ਮਹਾਰਾਜ ਕਿਰਪਾਲ ਵੀ ਸੁਣਾਉਂਦੇ ਰਹੇ। ਇਹ ਕਹਾਣੀ ਬੜੀ ਮਸ਼ਹੂਰ ਹੈ ਕਿ ਉਹ ਸਾਰੀ ਜ਼ਿੰਦਗੀ ਜੰਗਲਾਂ 'ਚ ਵਿੱਚ ਰਿਹਾ, ਯੋਗੀ ਬਣਿਆ। ਜਦ ਯੋਗ ਸਾਧਨਾ ਕਰਕੇ ਵਾਪਸ ਆ ਰਿਹਾ ਸੀ, ਰਸਤੇ 'ਚ ਨਦੀ ਪੈ ਰਹੀ ਸੀ, ਮਲਾਹ ਨੂੰ ਕਹਿਣ ਲੱਗਿਆ ਮੈਨੂੰ ਪਾਰ ਨਗਾਓ। ਉਹ ਕਹਿਣ ਲੱਗੇ ਸੀ ਖਾਣਾ ਖਾਂਦੇ ਹੈ, ਖਾਣਾ ਖਾ ਲਈਏ, ਤੁਹਾਨੂੰ ਬੜੀ ਜਲਦੀ ਪਾਰ ਕਰ ਦਿੰਦੇ ਹੈ। ਹੁਣ ਇਹ ਜਿਹੜੇ ਹਟ ਯੋਗੀ ਹੁੰਦੇ ਹੈ, ਇਹਨਾਂ 'ਚ ਕ੍ਰੋਧ ਬੜਾ ਹੁੰਦਾ ਹੈ, ਬੜੀ ਜਲਦੀ ਇਹ ਸਰਾਫ ਦੇਣ ਨੂੰ ਤਿਆਰ ਹੋ ਜਾਂਦੇ ਹੈ। ਉਹ ਕਹਿਣ ਲੱਗੇ ਜੇ ਜਲਦੀ ਪਾਰ ਨਹੀਂ ਕਰਦੇ ਮੈਂ ਸਰਾਫ ਦੇਊਂਗਾ। ਉਹਨਾਂ ਦੀ ਲੜਕੀ ਸੀ ਜਿਸ ਨੇ ਸੋਚਿਆ ਕਿ ਸਾਧੂ ਦਾ ਸਰਾਫ ਠੀਕ ਨਹੀਂ ਗਾ। ਉਹ ਕਹਿੰਦੀ ਮਹਾਤਮਾ ਮੈਂ ਤੁਹਾਨੂੰ ਪਾਰ ਕਰਨੀ ਹੈ। ਉਹਨੇ ਲੰਗਰ ਖੋਲਿਆ, ਬੇੜਾ ਦੂਸਰੇ ਤਰਫ ਲਿਜਾ ਕੇ ਕਹਿਣ ਲੱਗੀ ਆਓ ਮਹਾਤਮਾ ਬੈਠੋ, ਮੈਂ ਤੁਹਾਨੂੰ ਪਾਰ ਲੈ ਜਾਂਦੀ ਹਾਂ। ਹੁਣ ਸਾਰੀ ਜ਼ਿੰਦਗੀ
ਮਾਇਆ ਦਾ ਔਰਤ ਦੀ ਸ਼ਕਲ ਨਹੀਂ ਦੇਖੀ ਸੀ, ਜੰਗਲਾਂ ਪਹਾੜਾਂ ਦੇ ਵਿੱਚ ਰਿਹਾ ਸੀਗਾ, ਤੋ ਮਨ ਸਾਥ ਹੀ ਸੀਗਾ। ਹਜ਼ਾਰਾਂ ਬਰਸ ਉਹਨੇ ਤਪ ਕੀਤਾ ਤੋ ਮਨ ਨੇ ਉਹਨੂੰ ਸਲਾਹ ਦਿੱਤੀ ਕਿ ਬਈ ਕਿਉਂ ਨਾ ਇਹਦੇ ਨਾਲ ਹਵਸ਼ ਨੂੰ ਪੂਰਾ ਕੀਤਾ ਜਾਵੇ। ਉਸਨੇ ਜਦ ਆਪਣਾ ਖਿਆਲ ਉਸ ਲੜਕੀ ਦੇ ਅੱਗੇ ਜ਼ਾਹਰ ਕੀਤਾ, ਉਹ ਕਹਿਣ ਲੱਗੀ, ਦੇਖੋ ਮਹਾਤਮਾ ਜੀ, ਅਸੀਂ ਮੱਛੀ ਖਾਣ ਵਾਲੇ ਹੁੰਦੇ ਹਾਂ, ਸਾਡੇ ਮੂੰਹ ਦੇ ਵਿੱਚੋਂ ਬਦਬੂ ਆਏਗੀ। ਹੁਣ ਉਸਨੇ ਮਨ ਨਾ ਰੋਕਿਆ, ਕਹਿਣ ਲੱਗਿਆ, ਤੂੰ ਯੋਜਨ ਗੰਧਾਰੀ ਬਣ ਜਾ, ਚਾਰ ਚਾਰ ਮੀਲ ਤੇਰੇ ਵਿੱਚੋਂ ਕਸਤੂਰੀ ਦੀਆਂ ਲਪਟਾਉਣ। ਮਨ ਨਹੀਂ ਰੋਕਿਆ। ਫਿਰ ਉਹ ਕਹਿੰਦੀ, ਜਲ ਦੇਵਤਾ ਦੇਖਦਾ ਹੈ, ਆਪਣੇ ਮੰਦ ਕਰਮਾਂ ਦੀ ਗਵਾਹੀ ਦੇਵੇਗਾ। ਉਹ ਕਹਿੰਦਾ, ਬਰੇਤੀ ਹੋ ਜਾ। ਬਰੇਤੀ ਹੋ ਗਈ, ਲੇਕਿਨ ਮਨ ਨਹੀਂ ਰੋਕਿਆ। ਕਮਾਈ ਆਪਦੀ ਖਰਾਬ ਕੀਤੀ। ਫਿਰ ਉਹ ਕਹਿਣ ਲੱਗੀ ਕਿ ਸੂਰਜ ਦੇਵਤਾ ਦੇਖਦਾ ਹੈ, ਪਾਣੀ ਦੀ ਚੁਲੀ ਭਰੀ, ਅਸਮਾਨ ਨੂੰ ਸਿੱਟੀ, ਧੁੰਦ ਕਰ ਦਿੱਤੀ, ਅੰਧੇਰਾ ਕਰ ਦਿੱਤਾ, ਲੇਕਿਨ ਮਨ ਨਾ ਰੋਕਿਆ। ਤੋ ਜਿਸਨੇ ਵੀ ਇਹਦੀ ਥੋੜ੍ਹੀ ਜਿਹੀ ਸਲਾਹ ਮੰਨੀ, ਉਹਦੇ ਸਾਰੇ ਨੇਕ ਗੁਣਾਂ ਨੂੰ ਚਬਾ ਜਾਂਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ, ਮਿੱਤਰ ਨਾ ਜਾਣੋ ਵੈਰੀ ਪੂਰਾ, ਗੁਰ ਭਗਤੀ ਸੇ ਡਾਰੇ ਦੂਰਾ, ਗੁਰ ਭਗਤੀ ਸੇ ਡਾਰੇ ਦੂਰਾ। ਮਿੱਤਰ ਨਾ ਜਾਣੋ ਵੈਰੀ ਪੂਰਾ, ਗੁਰੂ ਭਗਤੀ ਸੇ ਡਾਰੇ ਦੂਰਾ, ਦਾਰਾ ਸੁਤ ਸੰਪਤ ਪਰਵਾਰਾ, ਡਾਰੇ ਕਾਮ ਕ੍ਰੋਧ ਕੀ ਤਾਰਾ। ਕਿਹੜੇ ਹਥਿਆਰ ਹੈ ਇਹਦੇ ਵਿੱਚ, ਇਹਦੇ ਪਾਸ? ਔਰਤ ਦੇ ਪਿਆਰ ਚ ਲਾ ਦੇਗਾ, ਬੱਚਿਆਂ ਦੇ ਪਿਆਰ ਚ ਲਾ ਦੇਵੇਗਾ, ਧਨ ਦੌਲਤ ਦੇ ਪਿਆਰ ਵਿੱਚ ਲਾ ਦੇਵੇਗਾ, ਅਨੇਕਾਂ ਕਿਸਮ ਦੇ ਸਾਧਨ ਹੈ ਇਹਦੇ ਕੋਲੇ ਫਸਾਉਣ। ਸੰਤ ਇਹ ਨਹੀਂ ਕਹਿੰਦੇ ਕਿ ਪਤਨੀ ਨੂੰ ਛੱਡ ਕੇ, ਬਾਲ ਬੱਚਿਆਂ ਨੂੰ ਛੱਡ ਕੇ ਤੁਸੀਂ ਜੰਗਲਾਂ ਪਹਾੜਾਂ ਦੇ ਵਿੱਚ ਚਲੇ ਜਾਓ। ਉਹ ਕਹਿੰਦੇ ਨੇ, ਜੋ ਤੁਹਾਡੇ ਕਰਮਾਂ ਮੁਤਾਬਕ ਤੁਹਾਨੂੰ ਜ਼ਿੰਮੇਵਾਰੀਆਂ ਮਿਲੀਆਂ ਹਨ ਉਹਨਾਂ ਨੂੰ ਨਿਭਾਓ, ਲੇਕਿਨ ਦੀ ਇਸਲੀਅਤ ਨੂੰ ਸਮਝੋ। ਜਾਂ ਸਾਡੇ ਸਾਥੀ ਸਾਡਾ ਸਾਥ ਜਾਂਦੇ ਹੈ, ਛੱਡ ਜਾਂਦੇ ਹੈ, ਅਸੀਂ ਕਿਉਂ ਰੋਂਦੇ ਹਾਂ, ਕਿਉਂ ਪਿੱਟਦੇ ਹਾਂ? ਥੋੜ੍ਹਾ ਜਿਹਾ ਘਰ ਦੇ ਅੰਦਰ ਨੁਕਸਾਨ ਹੋ ਜਾਵੇ, ਕੋਈ ਪੈਸੇ ਟਕੇ ਦਾ, ਕੋਈ ਬਾਲ ਬੱਚੇ ਦਾ, ਅਸੀਂ ਰਾਤਾਂ ਨੂੰ ਸੌਂਦੇ ਤੱਕ ਨਹੀਂ, ਜਾ ਕੇ ਕੱਢਦੇ ਹਾਂ, ਲੇਕਿਨ ਉਹ ਮਾਲਕ ਦੇ ਵਿਛੋੜੇ ਵਿੱਚ ਕਦੇ ਅਸੀਂ ਜਾਗਦੇ ਹਾਂ? ਇਹਨਾਂ ਦੀ ਅਸਲੀਅਤ ਨੂੰ ਅਸੀਂ ਨਾ ਸਮਝਣ ਕਰਕੇ ਅਸੀਂ ਦੁਖੀ ਹੁੰਦੇ ਹਾਂ। ਇਹੀ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਮਿੱਤਰ ਤੇਰਾ ਕੋਈ ਨਹੀਂ ਸੰਗੀ ਅਨਵੇ, ਪਿਆ ਕੋ ਖੋਵੇ ਨੂੰ ਠੱਗੀ ਅਨਵੇ। ਕਿਹੜਾ ਮਿੱਤਰ ਹੈ ਵੀ ਤੇਰਾ? ਇਹ ਤਾਂ ਮਿੱਠੇ ਠੱਗ ਹੈ ਜੀ। ਦਾਰਾ ਸੁਤ ਸੰਪਤ ਪਰਵਾਰਾ, ਡਾਰੇ ਕਾ
ਇੰਦਰੀ ਭੋਗ ਬਾਸ ਪਰਮਾਵੇ ਭਗਤ ਵਿਵੇਕ ਨਾਸ ਕਰਵਾਵੇ। ਹੁਣ ਆਪਣੇ ਇੰਦਰੀਆਂ ਦੇ ਵਿਸ਼ੇ ਵਿਕਾਰਾਂ ਦੇ ਭੋਗਾਂ ਵਿੱਚ ਰਸਾਂ ਕਸਾਂ ਦੇ ਵਿੱਚ ਲਾ ਕੇ ਜੋ ਸਾਡਾ ਥੋੜਾ ਬਹੁਤਾ ਵੀ ਕਮਾਈ ਕੀਤੀ ਹੁੰਦੀ ਹੈ, ਸ਼ਬਦ ਨਾਮ ਦੀ ਆਤਮਾ ਤੋਂ ਮੈਲ ਲਾਹੀ ਹੁੰਦੀ ਹੈ, ਉਹ ਇੱਕ ਸਕਿੰਟ ਵਿੱਚ ਫੇਰ ਮੈਲ ਲਾਉਂਦਾ ਹੈ। ਸਤਿਗੁਰੂ ਸਾਡੀ ਮੈਲ ਲਾਉਂਦਾ ਹੈ, ਅਸੀਂ ਉਦੋਂ ਜ਼ਿਆਦਾ ਲਾ ਲੈਂਦੇ ਹਾਂ। ਫੇਰ ਕਹਿੰਦੇ ਆ ਜੀ ਸਾਡੀ ਚੜ੍ਹਾਈ ਨਹੀਂ ਹੋਈ, ਅਸੀਂ ਬੈਠਦੇ ਹਾਂ। ਹੁਣ ਤੁਸੀਂ ਦੇਖ ਲਓ ਕਿ ਦਵਾਈ ਅਸੀਂ ਡਾਕਟਰ ਤੋਂ ਲਿਆਈਏ, ਉਹਨੂੰ ਖਾਈਏ ਨਾ, ਔਰ ਜੋ ਡਾਕਟਰ ਪਰਹੇਜ ਕਹਿੰਦਾ ਉਹ ਨਾ ਰੱਖੀਏ, ਅਸੀਂ ਤੰਦਰੁਸਤੀ ਦੀ ਕਿਸ ਤਰ੍ਹਾਂ ਆਸ ਰੱਖ ਸਕਦੇ ਹਾਂ? ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ, ਆ ਜਿਹੜੇ ਲੋਕ ਕਹਿੰਦੇ ਭਜਨ ਨਹੀਂ ਬਣਦਾ, ਹੈ ਹੈ ਕਰਦੇ ਆ, ਕਹਿੰਦੇ ਸਾਰੇ ਬਕਵਾਸ ਕਰਦੇ ਹੈ, ਇਹ ਕਰਦੇ ਨਹੀਂ। ਅਗਰ ਕਰਦੇ ਆ ਤਾਂ ਨਾਲ ਇਹ ਪਰਹੇਜ ਨਹੀਂ ਕਰਦੇ ਗੇ, ਯਹਿਰ ਵੀ ਖਾਈ ਜਾਂਦੇ ਔਰ ਹੈ ਵੀ ਕਰੀ ਜਾਂਦੇ ਹੈ ਜੀ। ਇੰਦਰੀ ਭੋਗ ਬਾਸ ਪਰਮਾਵੇ ਭਗਤ ਵਿਵੇਕ ਨਾਸ ਕਰਵਾਵੇ। ਸਤਿਗੁਰ ਪ੍ਰੀਤਮ ਮਿਲੇ ਨਾ ਜਬ ਤੱਕ ਕਭੀ ਨਾ ਛੂਟੇ ਮਨ ਕੇ ਕੌਤਕ। ਮੈਂ ਪੱਛਮੀ ਲੀਰਾਂ ਦੇ ਸਤਸੰਗ ਵਿੱਚ ਇੱਕ ਦਿਨ ਸਤਸੰਗ ਰਵਿਦਾਸ ਦਾ ਸੁਣਾਇਆ ਸੀਗਾ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਮਾਇਆ ਜਿਹੜੀ ਹੈ, ਲੁਭਾਏ ਮਾਨ, ਇਹ ਕਿਸ ਤਰ੍ਹਾਂ ਜੀਵ ਨੂੰ ਭਰਮ ਦੇ ਵਿੱਚ ਫਸਾ ਲੈਂਦੀ ਹੈ, ਕਿਸ ਤਰ੍ਹਾਂ ਜੀਵ ਭਰਮ ਦੇ ਵਿੱਚ ਤੁਰੇ ਫਿਰਦੇ ਹੈ। ਔਰ ਆ ਪਿਆਰ ਨਾਲ ਰਵਿਦਾਸ ਨੇ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ, ਸ਼ਬਦ ਨਾਮ ਦੀ ਕਮਾਈ ਕਰਕੇ ਗੁਰੂ ਦੇ ਵਿੱਚ ਜਾ ਕੇ ਸਮਾ ਜਾਂਦੇ ਹੈ, ਉਹੀ ਇਸ ਦੇ ਕੌਤਕਾਂ ਨੂੰ ਸਮਝਦੇ ਹੈ। ਨਹੀਂ ਤਾਂ ਰਵਿਦਾਸ ਕਹਿਣ ਲੱਗੇ ਨਟਣੀ ਦੀ ਤਰ੍ਹਾਂ ਹੈ, ਜਿਵੇਂ ਨਟ ਕਲਾਬਾਜ਼ੀਆਂ ਲਾਉਂਦੇ ਹੈ, ਆਪਣਾ ਪ੍ਰਦਰਸ਼ਨ ਕਰਦੇ ਹੈ, ਇਹ ਵੀ ਅੰਦਰ ਮਾਇਆ ਭਰਮ ਪੈਦਾ ਕਰਕੇ ਨਟ ਦੀ ਤਰ੍ਹਾਂ ਹੀ ਕਲਾਬਾਜ਼ੀਆਂ ਜੀਤ ਤੋਂ ਲਵਾਉਂਦੀ ਹੈ। ਕੋਈ ਪੂਰਾ ਸਤਿਗੁਰੂ ਕਬੀਰ ਸਾਹਿਬ ਨੇ ਕਿਹਾ ਸੀ, ਸਰਪਰੀ ਸਰਪਣੀ ਕਿਹਾ ਕੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਕਾਹੀ ਖਾਈ। ਮਾਇਆ ਕਹਿ ਲਓ, ਸਰਪਣੀ ਕਹਿ ਲਓ। ਫਿਰ ਉਹਨੇ ਕਿਹਾ, ਜਗਤ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਜਿਵੇਂ ਨਾਗਨੀ ਆਪਦੇ ਬੱਚਿਆਂ ਨੂੰ ਖਾਂਦੀ ਹੈ, ਇਸੇ ਤਰ੍ਹਾਂ ਜਿਹੜਾ ਇਹਦੀ ਪੂਜਾ ਕਰਦਾ ਉਹਨੂੰ ਇਹ ਛਕ ਜਾਂਦੀ ਹੈ। ਕੋਈ ਗੁਰਮੁਖ ਗਾਲ ਰੂਤਨ ਮਲਦਲ ਲਾਈ ਪਾਏ, ਇਹ ਨਹੀਂ ਕਿ ਕੋਈ ਬਚਦਾ ਨਹੀਂ। ਕੋਈ ਮਾਲਕ ਦਾ ਪਿਆਰਾ ਜੋ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਚਲਿਆ ਗਿਆ, ਉਹ ਇਹਦੀਆਂ ਕਲਾਬਾਜ਼ੀਆਂ ਨੂੰ ਜਾਣਦਾ ਹੈ। ਉਹਨਾਂ ਦੇ ਚਰਨਾਂ ਤੇ ਆ ਕੇ ਕਬੀਰ ਸਾਹਿਬ ਨੇ ਕਿਹਾ, ਇਹ ਮੱਥਾ ਟੇਕਦੀ ਹੈ, ਅੰਦਰ ਜਾ ਕੇ ਦੇਖੋ ਕਿ ਸੰਤਾਂ ਦੇ ਕਿਹੜੇ ਕਿਹੜੇ ਮੰਡਲ ਉਹਨਾਂ ਦੇ ਅੱਗੇ ਨਮਸਕਾਰਾਂ ਕਰਦੇ ਹੈ। ਸਾਧੂ ਕੇ ਠਾਢੀ ਦਰਬਾਰ, ਸਰਨ ਤੇਰੀ ਮੋਹ ਕੋ ਨਿਸਤਾਰ,
ਕਿ ਸਾਧੂ ਦੇ ਦਰਬਾਰ ਵਿੱਚ ਜਾ ਕੇ ਬੇਨਤੀਆਂ ਕਰਦੀ ਹੈ, ਤੂੰ ਹੋਰਾਂ ਨੂੰ ਤਾਰਦਾ ਮੈਨੂੰ ਵੀ ਤਾਰ। ਮਹਾਰਾਜ ਕਿਰਪਾਲ ਦੱਸਦੇ ਹੁੰਦੇ ਸੀਗੇ ਕਿ ਇੱਕ ਦਫ਼ਾ ਭਗਵਾਨ ਦੇ ਪਾਸ ਇਹ ਮਾਇਆ ਗਈ, ਉਹਦਾ ਮੱਥਾ ਜਿਹੜਾ ਸੀਗਾ ਉਹ ਉਸਦਾ ਮਾਸ ਵੀ ਲੱਥਾ ਹੋਇਆ ਸੀਗਾ ਔਰ ਗਿੱਚੀ ਦੇ ਵਾਲ ਪਿਛਲੇ ਪਾਸੇ ਹੈ ਨਹੀਂ ਸਨ। ਤੁਹਾਨੂੰ ਪਤਾ ਹੈ ਕਿ ਜਿਸਦੇ ਮੱਥਾ ਅੱਗੇ ਰਗੜਦੇ ਤਾਂ ਰੋਜ਼ ਚਮੜੀ ਵੀ ਨਾ ਰਵੇ ਕਿੱਡਾ ਖੁਜਾ ਲੱਗਦਾ ਹੈ, ਗਿੱਚੀ ਦੇ ਵਾਲ ਵੀ ਨਾ ਹੋਣ। ਭਗਵਾਨ ਪੁੱਛਣ ਲੱਗੇ ਕਿ ਤੇਰੀ ਇਹ ਹਾਲਤ ਕਿਉਂ ਹੈ? ਉਹ ਕਹਿੰਦੀ ਮੈਂ ਕੀ ਦੱਸਾਂ, ਦੁਨੀਆਦਾਰ ਤਾਂ ਮੇਰੇ ਮਗਰ ਪਏ ਹੋਏ ਹੈ, ਮੈਂ ਉਹਨਾਂ ਦੇ ਹੱਥ ਨਹੀਂ ਆਉਂਦੀ। ਆ ਜਿਹੜੇ ਕੋਈ ਵਾਲ ਦੋ ਚਾਰ ਉਹਨਾਂ ਦੇ ਹੱਥ ਚ ਆਏ ਉਹ ਪੁੱਟੇ ਗਏ। ਸੰਤਾਂ ਦੇ ਮੈਂ ਦਰਬਾਰ ਦੇ ਵਿੱਚ ਜਾ ਕੇ ਮੱਥਾ ਰਗੜਦੀ ਹੈ, ਉਹ ਅੰਗੀਕਾਰ ਨਹੀਂ ਕਰਦੇ ਗਏ। ਤੋ ਮੱਥਾ ਉੱਥੇ ਘਿਸ ਗਿਆ ਹੈ, ਵਾਲ ਦੁਨੀਆਦਾਰ ਪਟਲ ਗਏ ਹੈ ਜੀ। ਸਤ ਗੁਰ ਪ੍ਰੀਤਮ ਮਿਲੇ ਨਾ ਜਬ ਤੱਕ ਕਭੀ ਨਾ ਛੂਟੇ ਮਨ ਕੇ ਕੌਤਕ ਛਲ ਵਾਲ ਮਨ ਕੇ ਕਹਾਂ ਲਗ ਬਰ ਨੂੰ ਰਿਖੀ ਮੁਨੀ ਕੋਏ ਜਾਣੇ ਨਾ ਮਰਮ। ਆਪ ਕਹਿਣ ਲੱਗੇ ਮੈਂ ਕੀ ਇੱਛਾ ਇਸ ਮਨ ਦੇ ਬਿਆਨ ਕਰਾਂ, ਇਸ ਨੂੰ ਬਗੈਰ ਸੰਤਾਂ ਤੋਂ ਕਿਸੇ ਰਿਖੀ ਮੁਨੀ ਨੇ ਹਠ ਯੋਗੀ ਨੇ ਸਮਝਿਆ ਹੀ ਨਹੀਂ ਗਾ ਜੀ। ਛਲ ਵਾਲ ਮਨ ਕੇ ਕਹਾਂ ਲਗ ਬਰ ਨੂੰ ਰਿਖੀ ਮੁਨੀ ਕੋਏ ਜਾਣੇ ਨਾ ਮਰਮ। ਤਾਤੇ ਸਤ ਗੁਰ ਖੋਜੋ ਨਿਜ ਕੇ ਬਿਨ ਸਤ ਗੁਰ ਕੋਏ ਚਲੇ ਨਾ ਬਚ ਕੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਸੰਤ ਵਾਰ ਵਾਰ ਹੋਕਾ ਦਿੰਦੇ ਹੈ ਕਿ ਤੁਸੀਂ ਕਮਾਈ ਵਾਲੇ ਮਹਾਤਮਾ ਦੀ ਸ਼ਰਨ ਵਿੱਚ ਜਾਓ, ਜਿਹੜਾ ਖੁਦ ਅੰਦਰ ਜਾਂਦਾ ਹੈ, ਜਿਹੜਾ ਖੁਦ ਬਚਿਆ ਹੈ। ਸਤਿਗੁਰੂ ਪਵਿੱਤਰ ਭਾਂਡਾ ਹੁੰਦਾ ਹੈ, ਨਾ ਉਹਦੇ ਅੰਦਰ ਕਾਮ ਦੀ ਲੇਸ ਹੁੰਦੀ ਹੈ, ਨਾ ਕ੍ਰੋਧ ਦੀ, ਨਾ ਲੋਹ ਮੋਹ ਹੰਕਾਰ ਦੀ। ਅਗਰ ਉਹ ਇਹਨਾਂ ਪੰਜਾਂ ਦੇ ਵਿੱਚ ਲਿਪਤ ਹੈ ਤਾਂ ਅਸੀਂ ਉਹਦੀ ਸ਼ਰਨ ਵਿੱਚ ਜਾ ਕੇ ਕੀ ਫਾਇਦਾ ਉਠਾਵਾਂਗੇ? ਇਸ ਵਾਸਤੇ ਆਪ ਕਹਿਣ ਲੱਗੇ ਨਹੀਂ, ਉਹ ਪਵਿੱਤਰ ਭਾਂਡਾ ਹੈ, ਪਵਿੱਤਰ ਦੇ ਨਾਲ ਲਾ ਕੇ ਅਸੀਂ ਵੀ ਪਵਿੱਤਰ ਹੋ ਜਾਂਦੇ ਹਾਂ। ਤੋ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਸਭ ਤੋਂ ਪਹਿਲਾਂ ਕਿਸੇ ਐਸੇ ਦੀ ਸ਼ਰਨ ਵਿੱਚ ਜਾਓ ਜਿਹੜਾ ਖੁਦ ਉਹ ਮਾਲਕ ਦੇ ਨਾਲ ਜੁੜਿਆ ਹੈ, ਇਸ ਬਰਿਆਈ ਤੋਂ ਬਚਿਆ ਹੋਇਆ ਹੈ। ਜੇ ਅਸੀਂ ਦੋ ਘੋੜਿਆਂ ਤੇ ਚੜ੍ਹਨ ਵਾਲਾ ਸਵਾਰ ਕਦੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਗਾ। ਇਸੇ ਤਰ੍ਹਾਂ ਜੋ ਦਿਲ ਦੇ ਅੰਦਰ ਆਪ ਦੇ ਅੰਦਰ ਕਾਮ ਕ੍ਰੋਧ ਨੂੰ ਵੀ ਜਗ੍ਹਾ ਦਿੰਦਾ ਹੈ, ਪੰਜਾਂ ਡਾਕੂਆਂ ਨੂੰ ਵੀ ਦਿੰਦਾ ਹੈ ਔਰ ਇਹ ਵੀ ਢੌਂਗ ਰਚਦਾ ਹੈ ਕਿ ਮੈਂ ਮਹਾਤਮਾ ਹੈ, ਉਹ ਖੁਦ ਵੀ ਧੋਖੇ ਵਿੱਚ ਹੈ ਔਰ ਲੋਕਾਂ ਨਾਲ ਵੀ ਧੋਖਾ ਕਰਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਐਸਾ ਸਾਨੂੰ
ਮਹਾਤਮਾ ਕੋਲੇ ਜਾਂਦੇ ਹੈ, ਉਹ ਵੀ ਸਾਨੂੰ ਕਹੇਗਾ ਕਿ ਦੇਖੋ ਪਿਆਰਿਓ, ਦੋ ਘੋੜਿਆਂ ਤੇ ਨਹੀਂ ਚੜੋ, ਇੱਕ ਤੇ ਚੜੋ, ਤਾਂ ਹੀ ਮੰਜ਼ਿਲ ਤੇ ਪਹੁੰਚੋਗੇ। ਇੱਕ ਹੀ ਰਸ ਆਏਗਾ, ਗੁਰੂ ਨਾਨਕ ਕਹਿੰਦੇ ਹੈ, ਚਾਹੇ ਤੁਸੀਂ ਦੁਨੀਆਂ ਦਾ ਰਸ ਲਓ ਚਾਹੇ ਨਾਮ ਦਾ ਰਸ ਲਓ, ਜਦ ਇਹ ਰਸ ਆਵੇ ਤਬ ਉਹ ਨਾ ਰਹਾਵੇ। ਜਦ ਅਸੀਂ ਆਪਣੇ ਫੈਲੇ ਖਿਆਲ ਨੂੰ ਸਿਮਰਨ ਦੇ ਜ਼ਰੀਏ ਇਕੱਠਾ ਕਰਦੇ ਹਾਂ, ਸੂਰਜ ਚੰਦਰਮਾ ਸਤਾਰੇ ਲੰਘ ਜਾਂਦੇ ਹੈ, ਸਤਿਗੁਰੂ ਅੰਦਰ ਪ੍ਰਗਟ ਹੋ ਜਾਂਦਾ ਹੈ, ਉੱਥੇ ਜਾ ਕੇ ਸੱਚਾ ਸ਼ਿਸ਼ ਗੁਰੂ ਦਾ ਬਣਦਾ ਹੈ, ਫਿਰ ਗੁਰੂ ਦੀ ਡਿਊਟੀ ਹੈ, ਸਾਡਾ ਦ੍ਰਿਸ਼ਟੀਕੋਣ ਹੀ ਪਿਆਰੇ ਉਹ ਬਦਲ ਜਾਂਦਾ ਹੈ ਕਿ ਗੁਰਿਆਈ ਫੁਰਦੀ ਨਹੀਂ ਅੰਦਰ ਜਾ ਕੇ। ਜਦ ਦ੍ਰਿਸ਼ਟੀਕੋਣ ਹੀ ਸਾਡਾ ਬਦਲ ਗਿਆ ਤਾਂ ਅਸੀਂ ਕਿਸ ਤਰ੍ਹਾਂ ਇਸ ਨੂੰ ਹੱਥ ਲਾ ਸਕਦੇ ਹਾਂ ਜੀ। ਤਾਤੇ ਸਤ ਗੁਰ ਖੋਜੋ ਨਿਜ ਕੇ, ਬਿਨ ਸਤ ਗੁਰ ਕੋਈ ਚਲੇ ਨਾ ਬਚ ਕੇ, ਸਤ ਗੁਰ ਸਮ ਪ੍ਰੀਤਮ ਨਹਿ ਕੋਈ, ਮਨ ਮਲੀਨ ਕੋ ਤੋਵੇਂ ਵੋਹੀ। ਆਪ ਕਹਿਣ ਲੱਗੇ ਸਤਿਗੁਰ ਜੈਸਾ ਕੋਈ ਮਿੱਤਰ ਨਹੀਂ, ਕੋਈ ਪ੍ਰੀਤਮ ਨਹੀਂ, ਜਿਹੜਾ ਸਾਨੂੰ ਸ਼ਬਦ ਨਾਮ ਦਾ ਭੇਦ ਦੇ ਕੇ ਸਾਡੇ ਮਨ ਦੇ ਅੰਦਰੋਂ ਮੈਲਾਂ ਕੱਢਣ ਦੀ ਯੁਗਤੀ ਦੱਸਦਾ ਹੈ, ਸਾਧਨ ਦੱਸਦਾ ਹੈ ਜੀ। ਸਤ ਗੁਰ ਸਮ ਪ੍ਰੀਤਮ ਨਹਿ ਕੋਈ, ਮਨ ਮਲੀਨ ਕੋ ਤੋਵੇਂ ਵੋਹੀ, ਮੇਰਾ ਭਾਗ ਉਦੇ ਹੁਆ ਪਾਰੀ, ਸਤ ਗੁਰ ਕੀ ਮੈਂ ਪਿਆਰੀ। ਕਿਆ ਮੇਰੇ ਪੂਰਬਲੇ ਭਾਗ ਜਾਗ ਪਏ, ਜਿਸ ਵਾਸਤੇ ਮੇਰੀ ਆਤਮਾ ਨਾਲ ਸਤਿਗੁਰੂ ਪਿਆਰ ਕਰਦੇ ਹੈ, ਮੁਹੱਬਤ ਕਰਦੇ ਹੈ, ਇਹ ਮੇਰਾ ਕੋਈ ਪੂਰਬਲਾ ਭਾਗ ਸੀਗਾ ਜੀ। ਮੇਰਾ ਭਾਗ ਉਦੇ ਹੁਆ ਪਾਰੀ, ਸਤਿਗੁਰ ਕੀ ਮੈਂ ਪਿਆਰੀ, ਜਾਗਤ ਜੀਵ ਕਹਾ ਜਾਣੇ ਮਹਿਮਾ, ਬੇਦਕ ਤੇ ਬਨਾ ਜਾਣੇ ਮਰਮਾ। ਹੁਣ ਆ ਪਿਆਰ ਦੇ ਨਾਲ ਸਵਾਮੀ ਜੀ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਗੁਰੂ ਜੋ ਵੀ ਸੰਤ ਬੋਲਦੇ ਹੈ ਉਹ ਸ਼ਿਸ਼ ਦੇ ਫਾਇਦੇ ਦਾ ਬੋਲਦੇ ਹੈ, ਅੰਦਰ ਤਰੱਕੀ ਕਰਨ ਵਾਸਤੇ ਉਹ ਬੋਲਦੇ ਹੈ। ਆ ਪਿਆਰ ਨਾਲ ਕਹਿੰਦੇ ਹੈ ਤੁਸੀਂ ਉਸ ਦਾ ਕਹਿਣਾ ਮੰਨੋ, ਮਨ ਦਾ ਕਹਿਣਾ ਨਾ ਮੰਨੋ, ਮਨ ਦੁਸ਼ਮਣ ਹੈ, ਦੁਸ਼ਮਣ ਦਾ ਕਹਿਣਾ ਮੰਨਣ ਵਾਲਾ ਨਰਕਾਂ 'ਚ ਜਾਂਦਾ ਹੈ, ਉਹ ਹਾਰ ਜਾਂਦਾ ਹੈ, ਦੁਸ਼ਮਣ ਕਦ ਨੇਕ ਸਲਾਹ ਦਿੰਦਾ ਹੈ। ਤੋ ਆਖਰ ਆਪ ਕਹਿੰਦੇ ਹੈ ਮੌਤ ਦੇ ਵਕਤ ਦੁਨੀਆਂ ਦਾ ਕੋਈ ਧਨ ਦੌਲਤ ਸਾਡਾ ਸਾਥ ਨਹੀਂ ਦਿੰਦਾ, ਇੱਥੋਂ ਤੱਕ ਜੇ ਸਰੀਰ ਦੇ ਅੰਦਰ ਆਪਾਂ ਬੈਠੇ ਹਾਂ
ਇਹ ਵੀ ਸਾਥ ਨਹੀਂ ਦਿੰਦਾ, ਇਹ ਵੀ ਪਰਾਇਆ ਮਕਾਨ ਹੈ, ਕਿਰਾਏ ਦਾ ਮਕਾਨ ਹੁੰਦਾ ਹੈ, ਇੱਥੇ ਸਾਨੂੰ ਮਿਲਿਆ, ਇੱਥੇ ਅਸੀਂ ਖਾਲੀ ਕਰਕੇ ਚਲੇ ਜਾਣਾ ਹੈ। ਸੋ ਆਪ ਪਿਆਰ ਨਾਲ ਕਹਿੰਦੇ ਹੈ ਕਿ ਜਿਸ ਨੇ ਥੋੜ੍ਹਾ ਜਿਹਾ ਵੀ ਇਹਦਾ ਮਨ ਦਾ ਕਿਹਾ ਮੰਨਿਆ, ਉਹ ਹੱਡੀਆਂ ਦਾ ਢੇਰ ਹੋ ਗਿਆ, ਉਹਦਾ ਮਖੌਲ ਉੱਡਿਆ, ਰਿਖੀਆਂ ਮੁਨੀਆਂ ਦੇ ਮਖੌਲ ਇਸੇ ਵਾਸਤੇ ਅੱਜ ਵੇਦਾ ਸ਼ਾਸਤਰਾਂ ਦੇ ਅੰਦਰ ਉੱਡਦੇ ਹੈ ਕਿ ਉਹਨਾਂ ਨੇ ਮਨ ਦਾ ਕਹਿਣਾ ਮੰਨ ਲਿਆ। ਤੋ ਆਪ ਪਿਆਰ ਨਾਲ ਕਹਿੰਦੇ ਆ ਜਗਤ ਜੀਵ ਕਿਆ ਜਾਣੇ ਮਹਿਮਾ, ਅਸੀਂ ਦੁਨੀਆਂ ਦੇ ਜੀਵ ਉਸ ਪਰਮਾਤਮਾ ਦੀ ਕੀ ਮਹਿਮਾ ਕਰ ਸਕਦੇ ਹਾਂ। ਸੰਤ ਮੈਂ ਦੱਸਿਆ ਸੀ ਕਿ ਉਹ ਖੁਦ ਨਹੀਂ ਸੰਸਾਰ ਵਿੱਚ ਆਪਣੀ ਮਰਜ਼ੀ ਨਾ ਆਉਂਦੇ, ਉਹ ਭੇਜੇ ਜਾਂਦੇ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਮੁਰਜਮ ਵੀ ਜੇਲ੍ਹ ਅੰਦਰ ਜਾਂਦਾ ਹੈ ਔਰ ਸੁਪਰਡੈਂਟ ਵੀ ਜਾਂਦਾ ਹੈ, ਲੇਕਿਨ ਦੋਨਾਂ ਦੀ ਡਿਊਟੀ ਦਾ ਆਜ਼ਾਦੀ ਦਾ ਬੜਾ ਫਰਕ ਹੁੰਦਾ ਹੈ। ਇਸੇ ਤਰ੍ਹਾਂ ਸਾਡਾ ਜੀਵਾਂ ਦਾ ਅਸੀਂ ਕੀ ਹੈ, ਕੀ ਅਸੀਂ ਸੌਖੇ ਹੈ, ਕੋਈ ਕਾਮ ਇੱਥੋਂ ਦੁਖੀ ਹੈ, ਕੋਈ ਕ੍ਰੋਧ ਇੱਥੋਂ, ਕੋਈ ਬੇਰੁਜ਼ਗਾਰੀ ਇੱਥੋਂ ਦੁਖੀ ਹੈ, ਕੋਈ ਬਿਮਾਰੀ ਇੱਥੋਂ ਦਿਨ ਰਾਤ ਘਰਾ ਰਿਹਾ ਹੈ, ਕੋਈ ਪਤਨੀ ਵਿਚਾਰੀ ਵਿਲਕਦੀ ਫਿਰਦੀ ਹੈ, ਪਤੀ ਸਾਥ ਛੱਡ ਗਿਆ ਹੈ, ਸ਼ਾਦੀ ਹੁੰਦੀ ਹੈ ਮਨ ਫੁੱਲਿਆ ਨਹੀਂ ਸਮਾਉਂਦਾ, ਜਾਂ ਘਰ ਦੇ ਅੰਦਰ ਬੇਤਫਾਕੀ ਹੁੰਦੀ ਹੈ ਉਹ ਘਰ ਨਰਕ ਬਣ ਕੇ ਰਹਿ ਜਾਂਦਾ ਹੈ, ਬੱਚਾ ਹੁੰਦਾ ਹੈ ਪਾਰਟੀਆਂ ਕਰਦੇ ਹੈ, ਵਾਜੇ ਵਜਾਉਂਦੇ ਹੈ, ਖੁਸ਼ੀਆਂ ਮਨਾਉਂਦੇ ਹੈ, ਯਾਰਾਂ ਦੋਸਤਾਂ ਨੂੰ ਇਕੱਠੇ ਕਰਦੇ ਹੈ, ਜਾਂ ਉਹ ਬੱਚਾ ਕਹੇ ਘਰ ਨਾ ਹੋਵੇ ਜਾਂ ਪਰਮਾਤਮਾ ਵਾਪਸ ਬੁਲਾ ਲਵੇ, ਉਹੀ ਜਗ੍ਹਾ ਸਾਨੂੰ ਉਹੀ ਘਰ ਨਰਕ ਬਣ ਕੇ ਰਹਿ ਜਾਂਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਇਹ ਇਸ ਜਗਤ ਜੀਵ ਕਿਆ ਜਾਣੇ ਮਹਿਮਾ, ਇਹ ਕੀ ਜਾਣਦੇ ਹੈ ਉਹਨਾਂ ਸਤਿਗੁਰਾਂ ਦੀ ਮਹਿਮਾ ਨੂੰ। ਤੋ ਆਪ ਕਹਿਣ ਲੱਗੇ ਵੇਦ ਕਤੇਬ ਨਾ ਜਾਣੇ ਮਰਮਾ, ਵੇਦ ਵੀ ਕਤੇਬ ਵੀ ਬ੍ਰਹਮ ਤੱਕ ਬਿਆਨ ਕਰਦੇ ਹੈ ਜਿੱਥੋਂ ਤੱਕ ਮੌਤ ਪੈਦਾਇਸ਼ ਹੈ। ਮੈਂ ਰਾਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਦੱਸਿਆ ਸੀਗਾ, ਗੁਰੂ ਨਾਨਕ ਨੇ ਰਾਤੀ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਅਰਵਾਂ ਖਰਵਾਂ ਸਾਲ ਧੰਦੂਕਾਰ ਛਾਇਆ ਰਿਹਾ, ਉਹ ਮਾਲਕ ਸੁਨ ਸਮਾਧੀ ਦੇ ਅੰਦਰ ਸਥਿਤ ਸੀ, ਨਾ ਉਦੋਂ ਵਰਮਾ ਸੀ, ਨਾ ਸ਼ਿਵ ਸੀ, ਨਾ ਵਿਸ਼ਨੂੰ ਸੀ, ਔਰ ਨਾ ਧਰਤੀ ਸੀ, ਨਾ ਚੰਦਰਮਾ ਸੀ, ਨਾ ਸਿਤਾਰੇ ਸਨ, ਨਾ ਪੌਣ ਸੀ, ਨਾ ਪਾਣੀ ਸੀ, ਨਾ ਕੋਈ ਉਪਤ ਨਾ ਖਪਤ ਦਾ ਸਾਧਨ ਸੀ, ਔਰ ਨਾ ਕੋਈ ਪੌਣ ਸੀ, ਨਾ ਪਾਣੀ ਸੀ, ਨਾ ਨਦੀਆਂ ਸਨ, ਨਾ ਨਾਲੇ ਸਨ, ਨਾ ਕੋਈ ਸਮੁੰਦਰੀ ਸੀ। ਉਸ ਮਾਲਕ ਦੀ ਮੌਜ ਹੋਈ ਕਿ ਮੈਂ ਇੱਕ ਤੋਂ ਅਨੇਕ ਹੋਵਾਂ, ਉਹਨੇ ਇਹ ਸਭ ਕੁਛ ਪੈਦਾ ਕੀਤਾ। ਬਰਮਾ ਵਿਸ਼ਨੂੰ ਸ਼ਿਵ ਇਸ ਸੰਸਾਰ ਦੀ ਰਚਨਾ ਕਰਨ ਵਾਸਤੇ ਇਹ ਵੀ ਤਿੰਨੇ ਪੈਦਾ ਕੀਤੇ। ਜਦ ਵੇਦਾਂ ਦੀ ਰਚਨਾ ਕਰਨ ਵਾਲਾ ਬਰਮਾ ਹੀ ਨਹੀਂ ਸੀਗਾ ਤਾਂ ਵੇਦ ਕਿੱਥੋਂ ਆਏ? ਇਸ ਵਾਸਤੇ ਉਹ ਦੂਸਰੀ ਮੰਜ਼ਿਲ ਤੱਕ ਬਿਆਨ ਕਰਦੇ ਹੈ। ਸੰਤ ਹੁਣ ਪੰਜਵੀਂ ਮੰਜ਼ਿਲ ਦਾ ਬਿਆਨ ਕਰਦੇ ਹੈ ਔਰ ਉਹ ਪੰਜਵੀਂ ਮੰਜ਼ਿਲ ਚੋਂ ਆਉਂਦੇ ਹੈ। ਇਸ ਵਾਸਤੇ ਇੱਕ ਆਦਮੀ ਜ਼ਮੀਨ ਤੇ ਹੈ, ਇੱਕ ਆਦਮੀ ਉੱਪਰਲੀ ਮੰਜ਼ਿਲ ਤੇ ਹੈ। ਜ਼ਮੀਨ ਵਾਲਾ ਜਿਹੜਾ ਹੈ ਉੱਪਰਲੀ ਮੰਜ਼ਿਲ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਕਿ ਉੱਪਰ ਕੀ ਹੈ, ਉੱਪਰਲੇ ਨੂੰ ਨੀਚੇ ਵਾਲਾ ਦਿਸਦਾ ਹੈ। ਤੋ ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਇਹ ਦੁਨੀਆਦਾਰ ਕੀ ਸਮਝਦੇ ਹੈ। ਅਗਰ ਅਸੀਂ ਦੁਨੀਆਦਾਰ ਲੋਕ ਉਹਨਾਂ ਨੂੰ ਸਮਝ ਸਕਦੇ, ਆਇਆਂ ਨੂੰ ਬੜੀ ਬੜੀ ਚੋਟੀ ਦੇ ਮਹਾਤਮਾ ਆਏ
ਕਬੀਰ ਸਾਹਿਬ ਕੁੱਲ ਮਾਲਕ ਸੰਸਾਰ ਦੇ ਵਿੱਚ ਆਏ, ਉਹ ਚੌਹਾਂ ਯੁੱਗਾਂ ਵਿੱਚ ਆਏ। ਉਹਨਾਂ ਨੇ ਖੁਦ ਹੀ ਲਿਖਿਆ ਕਿ ਮੈਂ ਕਿਹਨਾਂ ਕਿਹਨਾਂ ਨੂੰ ਨਾਮ ਦਿੱਤਾ, ਕਿਸ ਯੁੱਗ ਦੇ ਅੰਦਰ। ਔਰ ਫਿਰ ਵੀ ਉਹਨਾਂ ਨੂੰ ਲੋਧੀ ਸਿਕੰਦਰ ਬਾਦਸ਼ਾਹ ਨੇ ਮੁਲਾਣਿਆਂ ਦੇ ਕਹਿਣ ਦੇ ਉੱਤੇ, ਸਮਾਜਿਕ ਲੋਕਾਂ ਦੇ ਕਹਿਣ ਦੇ ਉੱਤੇ ਕੋਈ ਐਸੀ ਕਸਰ ਨਹੀਂ ਛੱਡੀ ਕਸ਼ਟ ਦੇਣ ਦੀ ਕਿ ਜਿਹੜੀ ਬਿਆਨ ਤੋਂ ਬਾਹਰ ਹੈ, ਕਹਿ ਨਹੀਂ ਸਕਦੇ। ਗੇ ਦੇਗ ਵਿੱਚ ਬੰਦ ਕਰ ਦਿੱਤਾ, ਜੰਜੀਰਾਂ ਨਾਲ ਉਹਨਾਂ ਨੂੰ ਬੰਨ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ, ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਅੱਗੇ ਗਠੜੀ ਬੰਨ ਕੇ ਰੱਖ ਦਿੱਤਾ। ਤੋ ਕਬੀਰ ਸਾਹਿਬ ਆਪਣੀ ਬਾਣੀ 'ਚ ਲਿਖਦੇ ਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਠ ਕੁੰਚਰ ਕੋ ਦੀਨਾ। ਬਈ ਉਹਨਾਂ ਨੇ ਕੀ ਅਪਰਾਧ ਕੀਤਾ, ਬਈ ਹਾਥੀ ਅੱਗੇ ਗਠੜੀ ਬੰਨ ਕੇ ਰੱਖ ਦਿੱਤਾ। ਕੁੰਚਰ ਪੋਟ ਲੈ ਲੈ ਨਿਮਸ਼ਕਾਰ ਹੈ, ਬੂਝਾ ਨੇ ਕਾਜੀ ਅੰਧਿਆਰਾ। ਉਹ ਮਜਿਸਟ੍ਰੇਟ ਜਿਸਨੇ ਸਜ਼ਾ ਸੁਣਾਈ, ਹਾਥੀ ਨਿਮਸ਼ਕਾਰਾਂ ਕਰਦਾ ਸੀਗਾ, ਲੇਕਿਨ ਉਹ ਫਿਰ ਵੀ ਨਹੀਂ ਸਮਝਿਆ, ਬਲਕਿ ਮਹਾਵਤ ਨੂੰ ਕਹੇ ਤੂੰ ਜਲਦੀ ਤੋਰ। ਗੁਰੂ ਨਾਨਕ ਨੂੰ ਲੋਕਾਂ ਨੇ ਕੁਰਾਹੀਆ ਕਿਹਾ ਕਿ ਇਹ ਲੋਕਾਂ ਦੀ ਅਕਲ ਵਿਗਾੜਦਾ ਹੈ। ਹੋਰ ਤੁਸੀਂ ਅਨੇਕਾਂ ਮਹਾਤਮਾ ਦੀ ਹਿਸਟਰੀ ਪੜ੍ਹ ਕੇ ਦੇਖ ਲਓ। ਕ੍ਰੈਸ਼ ਨੂੰ ਕੰਡਿਆਂ ਦਾ ਤਾਜ ਪਹਿਨਾ ਦਿੱਤਾ, ਸੂਲੀ ਤੇ ਚਾੜ ਦਿੱਤਾ। ਉਹਨਾਂ ਦਾ ਕੀ ਅਪਰਾਧ ਸੀ ਬਈ, ਜਦ ਕ੍ਰੈਸ਼ ਨੂੰ ਸੂਲੀ ਤੇ ਚਾੜਨ ਲੱਗੇ, ਕੰਡਿਆਂ ਦਾ ਤਾਜ ਪਹਿਨਾਉਣ ਲੱਗੇ, ਉਹਨਾਂ ਨੇ ਉਸ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਕਿ ਹੇ ਪਰਮਾਤਮਾ, ਤੂੰ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਕੀ ਕਰਮ ਕਰ ਰਹੇ ਹਾਂ, ਔਰ ਇਸ ਮਹਾਤਮਾ ਦੇ ਦਿਲ ਅੰਦਰ ਕਿੰਨਾ ਦਰਦ ਹੈ ਸਾਡੇ ਵਾਸਤੇ। ਅਸੀਂ ਤਾਂ ਦੁਨੀਆਦਾਰਾਂ ਨੇ ਉਹ ਮਾਲਕ ਦੇ ਪਿਆਰਾਂ ਨੂੰ ਕਿਤੇ ਕਿਤੇ ਨੇ ਤਸੀਹੇ ਦਿੱਤੇ, ਉਹ ਸਾਨੂੰ ਬਦਲੇ ਵਿੱਚ ਫਿਰ ਵੀ ਉਹ ਪਰਮਾਤਮਾ ਅੱਗੇ ਫਰਿਆਦ ਕਰਕੇ ਸਾਡੇ ਵਾਸਤੇ ਮਾਫੀਆਂ ਹੀ ਮੰਗਦੇ ਹੈ। ਸੋ ਅਸੀਂ ਜੀਵ, ਅਗਰ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਵੀ ਉਹਨਾਂ ਤੋਂ ਫਾਇਦਾ ਉਠਾਉਂਦੇ, ਉਹਨਾਂ ਨੂੰ ਕਿਉਂ ਕਸ਼ਟ ਦਿੰਦੇ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਨੇ ਛੋਟੇ ਜਿਹੇ ਸ਼ਬਦ ਦੇ ਵਿੱਚ ਬੜੇ ਹੀ ਪਿਆਰ ਨਾਲ ਗੁਰੂ ਮਤ ਨੂੰ, ਸੰਤ ਮਤ ਨੂੰ, ਸਤਿਗੁਰੂ ਦੇ ਕਹਿਣੇ ਦੇ ਫਾਇਦੇ ਦੱਸ ਦਿੱਤੇ, ਮਨ ਦੇ ਕਹਿਣਾ ਮੰਨਣ ਦੇ ਨੁਕਸਾਨ ਦੱਸ ਦਿੱਤੇ, ਔਰ ਇਹ ਵੀ ਦੱਸਿਆ ਕਿ ਸਾਡਾ ਕੋਈ ਸੱਚੇ ਤੋਂ ਸੱਚਾ ਮਿੱਤਰ ਹੈ, ਦੋਸਤ ਹੈ, ਤਾਂ ਉਹ ਗੁਰੂ ਹੈ। ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਸਵਾਮੀ ਜੀ ਮਹਾਰਾਜ ਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਸਫਲ ਬਣਾਈਏ, ਸ਼ਬਦ ਨਾਮ ਦੀ ਕਮਾਈ ਕਰੀਏ। ਜਾਗਤ ਜੀਵ ਕਾ ਜਾਣੇ ਮਹਿਮਾ, ਵੇਦ ਕਤੇ ਬਨਾ ਜਾਣੇ ਮਰਮਾ, ਗਿਆਨੀ ਜੋਗੀ ਸਭ ਥਕ ਹਾਰੇ, ਸਤਿਗੁਰ ਮਹਿਮਾ ਕੋਈ ਨਾ ਵਿਚਾਰੇ, ਤਾਤੇ ਸਤਿਗੁਰ ਸ਼ਰਨ ਪੁਕਾਰੂ,
ਆਰਤ ਉਨਕੀ ਨਿਜ ਪ੍ਰਤ ਤਾਰੂੰ, ਆਰਤ ਕਰੂੰ ਪ੍ਰੇਮ ਸੇ ਜਬ ਹੀ ਕੁਲ ਪਰਵਾਰ ਤਰੇ ਮੇਰਾ ਤਬ ਹੀ। ਆਰਤ ਵਿਦਯਬ ਕਰੂੰ ਸਿੰਗਾਰਾ, ਰਾਧਾ ਸਵਾਮੀ ਮੇਰੇ ਹੋਏ ਦਿਆਰਾ, ਰਾਧਾ ਸਵਾਮੀ ਪਰਮ ਦਿਆਲ, ਕਰ ਆਰਤ ਉਨ ਹੁਆ